ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰੀ ਫਿਰ ਲਾਈਵ ਸੈਸ਼ਨ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਔਰ ਸਾਡੇ ਨਾਲ ਨੇ ਓਮ ਗਲੋਬਲ ਤੋਂ ਰਿੱਕੀ ਸੰਧੂ ਜੀ। ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਮੈਂ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਕਿ ਅੱਜ ਖਾਸ ਤੌਰ ਤੇ ਆਪਾਂ ਕੈਨੇਡਾ ਦੇ ਲਈ ਲਾਈਵ ਕੀਤਾ ਹੈ। ਜਿਵੇਂ ਆਪਾਂ ਦੇਖਿਆ ਪਿਛਲੇ ਦਿਨੀ ਇੱਕ ਨਿਊਜ਼ ਵੀ ਵਾਇਰਲ ਹੋ ਰਹੀ ਸੀ ਕੈਨੇਡਾ ਨੂੰ ਲੈ ਕੇ ਕਿ GIC ਹੈ ਜਿਹੜੀ ਡਬਲ ਕਰ ਦਿੱਤੀ ਹੈ। ਜੇ ਤੁਸੀਂ ਜਨਵਰੀ 2024 ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਦੇ ਹੋ ਤਾਂ ਤੁਹਾਨੂੰ GIC ਦੇ ਵਿੱਚ ਜਿਹੜਾ ਹੈਗਾ ਤਕਰੀਬਨ ਡਬਲ GIC ਜਿਹੜੀ ਹੈ ਦੇਣੀ ਪਊਗੀ। ਪਰ ਇਸ ਟਾਈਮ ਹਜੇ ਮੰਨ ਲਓ ਅੱਜ ਤੋਂ ਬਾਅਦ 22 ਤਕਰੀਬਨ 22 ਦਿਨ ਹੈਗੇ ਆ ਦਸੰਬਰ ਦੇ। ਇੰਨਿਆਂ ਦਿਨਾਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇ ਨਾਲ GIC ਬਚਾ ਸਕਦੇ ਹੋ ਕਿ ਜਨਵਰੀ ਇਨਟੇਕ ਦੇ ਲਈ ਤੁਸੀਂ ਦਸੰਬਰ ਦੇ ਵਿੱਚ ਅਪਲਾਈ ਕਰ ਸਕਦੇ ਹੋ, ਕਿ ਤੁਹਾਡਾ GIC ਬਚ ਸਕਦਾ? ਇਹਨਾਂ ਸਾਰੇ ਸਵਾਲਾਂ ਦੇ ਲਈ ਖਾਸ ਤੌਰ ਤੇ ਆਪਾਂ ਅੱਜ ਰਿੱਕੀ ਸੰਧੂ ਜੀ ਨੂੰ ਇਨਵਾਈਟ ਕੀਤਾ। ਔਰ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਸਕਰੀਨ ਤੇ ਜਿਹੜਾ ਨੰਬਰ ਆ ਰਿਹਾ ਇਸ ਦੇ ਉੱਤੇ ਕਾਲ ਕਰਕੇ ਜਿਹੜੀ ਹੈ ਜਾਣਕਾਰੀ ਲੈ ਸਕਦੇ ਹੋ। ਓਮ ਗਲੋਬਲ ਤੋਂ ਨੇ ਰਿੱਕੀ ਸੰਧੂ ਜੀ। ਵੱਖ ਵੱਖ ਸ਼ਹਿਰਾਂ ਦੇ ਵਿੱਚ ਓਮ ਗਲੋਬਲ ਦੇ ਆਫਿਸ ਨੇ, ਚੰਡੀਗੜ੍ਹ, ਜਲੰਧਰ, ਨਾਲ ਦੀ ਨਾਲ ਆਪਣਾ ਅੰਮ੍ਰਿਤਸਰ ਦੇ ਵਿੱਚ, ਬਠਿੰਡਾ ਦੇ ਵਿੱਚ, ਤੇ ਨਾਲ ਦੇ ਹਰਿਆਣੇ ਦੀ ਜੇ ਆਪਾਂ ਗੱਲ ਕਰੀਏ ਜਮੁਨਾ ਨਗਰ ਔਰ ਭੇਵਾ ਦੇ ਵਿੱਚ ਵੀ ਓਮ ਗਲੋਬਲ ਦੇ ਨੇੜਲੇ ਆਫਿਸ ਜਾ ਕੇ ਤੁਸੀਂ ਜਿਹੜਾ GIC ਦਾ ਡਬਲ ਖਰਚਾ ਹੈ ਉਸਨੂੰ ਬਚਾ ਸਕਦੇ ਹੋ। ਤੇ ਆਪਾਂ ਇਸ ਤੇ ਡਿਸਕਸ ਕਰਦੇ ਹਾਂ। ਸਰ, ਸਭ ਤੋਂ ਪਹਿਲਾਂ ਕੀ ਕੀ ਚੇਂਜਿੰਗ ਨੇ 2024 ਚ ਜਾਣ ਵਾਲੇ ਸਟੂਡੈਂਟ ਨੂੰ, ਕਿੰਨਾ ਕੁ ਮਹਿੰਗਾ ਹੋ ਸਕਦਾ ਕੈਨੇਡਾ ਸਟੱਡੀ? ਦੇਖੋ, ਰੂਲ ਅਪਡੇਸ਼ਨ ਜਿਹੜੀ ਹੋਈ ਹੈ, ਕਾਫੀ ਜ਼ਿਆਦਾ ਚੇਂਜਸ ਇਸ 'ਚ ਆਏ ਆ। ਮੇਜਰ ਜਿਹੜੇ 3 ਚੇਂਜਸ ਇਸ 'ਚ ਦੇਖੇ ਜਾ ਰਹੇ ਨੇ। ਪਹਿਲੀ ਚੀਜ਼ ਤਾਂ ਇਹ ਹੈ ਕਿ GIC ਦੇ ਵਿੱਚ ਇੰਕਰੀਮੈਂਟ ਹੋਇਆ, ਜਿਹੜਾ $10,200 ਜਿਹੜਾ ਕੇ ਜਾਂਦਾ ਸੀਗਾ, ਆਲਮੋਸਟ ਡਬਲ ਜਿਹੜੀ GIC ਉਹਦੀ ਹੋ ਚੁੱਕੀ ਹੈ। ਸੈਕਿੰਡ ਚੀਜ਼ ਜਿਹੜੀ ਹੈ PGWP ਐਪਲੀਕੇਸ਼ਨ ਐਕਸਟੈਂਸ਼ਨ ਦੀ। ਸੋ ਬਹੁਤ ਸਾਰੇ ਸਟੂਡੈਂਟ ਐਸੇ ਸੀਗੇ ਕਿ ਜਿਨ੍ਹਾਂ ਦੇ ਵਰਕ ਪਰਮਿਟ ਐਕਸਟੈਂਸ਼ਨ ਅਪਲਾਈ ਕੀਤੀ ਸੀਗੀ ਜਿਹੜੀ 31 ਦਸੰਬਰ ਤੋਂ ਪਹਿਲਾਂ ਪਹਿਲਾਂ ਐਕਸਪਾਇਰ ਹੋ ਰਹੀ ਹੈ, ਉਹਦੇ ਵਿੱਚ 18 ਮਹੀਨੇ ਦੀ ਹੋਰ ਦਿੱਤੀ ਗਈ ਹੈ। ਬਟ ਜਿਹੜੀ 1 ਜਨਵਰੀ ਤੋਂ ਬਾਅਦ ਜਿਹਦੀ ਐਕਸਟੈਂਸ਼ਨ ਹੈਗੀ ਹੈ ਉਹਨੂੰ ਐਕਸਟੈਂਸ਼ਨ ਬਿਲਕੁਲ ਨਹੀਂ ਮਿਲੇਗੀ, ਕਿਉਂਕਿ ਜਦੋਂ ਇਹ ਰੂਲ ਦੇ ਬਾਰੇ ਗੱਲ ਕੀਤੀ ਗਈ ਸੀਗੀ ਤੇ ਲਾਸਟ ਇੱਕ ਲਾਈਨ ਜ਼ਰੂਰ ਉਹਨਾਂ ਦੀ ਐਡ ਸੀ ਕਿ ਇਹ ਪਾਲਿਸੀ ਦੁਬਾਰਾ ਕਦੀ ਵੀ ਦੇਖਣ ਨੂੰ ਨਹੀਂ ਮਿਲੇਗੀ। ਇਸ ਤੋਂ ਇਲਾਵਾ ਦੇਖਿਆ ਜਾਵੇ ਪੋਸਟ ਸਟੱਡੀ ਵਰਕ ਜਿਹੜੇ ਲਾਈਕ ਵਿਦ ਸਟੱਡੀਜ਼ ਦੇ ਵਿੱਚ 20 hours ਜਿਹੜੇ ਬੇਸਿਕ ਮਿਲਦੇ ਸੀਗੇ ਉਹ ਜਿਹੜੇ 30 hours ਹੋ ਚੁੱਕੇ ਨੇ। ਮੇਜਰ ਜਿਹੜੀ ਸਟੂਡੈਂਟ ਦੇ ਵਿੱਚ ਤੇ ਜ਼ਿਆਦਾਤਰ ਕੁਐਸਚਨ ਜਿਹੜੇ ਦੇਖੇ ਜਾ ਰਹੇ ਨੇ ਉਹੀ ਚੀਜ਼ ਹੈ ਕਿ $20,235 ਜਿਹੜੀ GIC ਹੈ, $10,200 ਦੀ ਜਗ੍ਹਾ ਕਿੱਦਾਂ ਇਹਨੂੰ ਬਚਾ ਸਕਦੇ ਹੋ? ਆਲਮੋਸਟ 6.5-7 lakh ਰੁਪਇਆ ਸੀ, ਕਿੱਦਾਂ ਬਚਾ ਕੇ ਆਪਣਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ? ਮੇਨ ਮੁੱਦਾ ਇਸ ਟਾਈਮ ਇਹੀ ਚੱਲ ਰਿਹਾ ਸੀ। ਬਿਲਕੁਲ ਸਰ, ਕਿੰਨੇ ਕੁ ਦਿਨ ਹੈਗੇ ਆ ਜੇ ਕੋਈ ਸਟੂਡੈਂਟ ਕੈਨੇਡਾ ਸਟੱਡੀ ਵੀਜ਼ਾ ਜਾਣਾ ਚਾਹੁੰਦਾ ਔਰ GIC ਜੇ ਹੁਣੇ ਅਪਲਾਈ ਕਰ ਲੈਂਦਾ, ਕੀ ਜਨਵਰੀ ਇਨਟੇਕ 'ਚ ਕੋਈ ਅਵੇਲੇਬਲ ਹੈਗੀਆਂ ਸੀਟਸ, ਅਵੇਲੇਬਲ ਹੈਗੀਆਂ ਓਮ ਗਲੋਬਲ, ਕੋਈ ਖਾਸ ਸਟੂਡੈਂਟ ਦੇ ਫਾਇਦੇ ਦੀ ਕੋਈ ਗੱਲ ਇਸ ਤਰ੍ਹਾਂ ਦੀ ਹੈਗੀ ਹੈ? ਬਹੁਤ ਸਾਰੇ ਕਾਲਜਿਸ ਐਸੇ ਹੈ, ਚਾਹੇ ਆਪਾਂ ਓਨਟੈਰੀਓ ਦੀ ਗੱਲ ਕਰੀਏ, ਚਾਹੇ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ, ਅਲਬਰਟਾ ਦੀ ਗੱਲ ਕਰੀਏ, ਜਿਹਦੇ ਵਿੱਚ ਜਨਵਰੀ ਟੇਕ ਔਰ ਮੇਨ ਟੇਕ ਵੀ ਅਵੇਲੇਬਲ ਹੈਗੇ ਨੇ। ਅਸੀਂ ਓਮ ਗਲੋਬਲ ਇਨੀਸ਼ੀਏਟ ਲਿਆ ਸੀਗਾ ਇਸ ਚੀਜ਼ ਨੂੰ ਲੈ ਕੇ ਕਿ ਫਾਸਟ ਟਰੈਕ ਐਪਲੀਕੇਸ਼ਨ ਦਾ ਚੈਲੰਜਿੰਗ ਚੀਜ਼ ਜਿਹੜੀ ਇਹ ਰਹੀ ਹੈ ਕਿ ਸਾਰੀਆਂ ਐਪਲੀਕੇਸ਼ਨਸ ਕਿੱਦਾਂ ਅਸੀਂ 31 ਦਸੰਬਰ ਤੋਂ ਪਹਿਲੇ ਪਹਿਲੇ ਸਬਮਿਟ ਕਰ ਸਕਦੇ ਹਾਂ। ਸੋ ਇਨੀਸ਼ੀਏਟ ਜਿਹੜਾ ਅਸੀਂ ਲਿਆ ਸੀਗਾ ਫਾਸਟ ਟਰੈਕ ਐਪਲੀਕੇਸ਼ਨ ਦਾ, ਜਿਸ ਵਿੱਚ 48 ਘੰਟੇ ਦੇ ਵਿੱਚ ਬੱਚੇ ਦੀ ਫਾਈਲ ਨੂੰ ਅਸੀਂ ਐਮਬੈਸੀ ਤੱਕ ਪਹੁੰਚਾਵਾਂਗੇ, ਚਾਹੇ ਬੱਚੇ ਦਾ ਆਫਰ ਲੈਟਰ ਹੈ, ਚਾਹੇ LOA ਹੈ। ਅਗਰ ਬੱਚੇ ਦੀ GIC ਰੈਡੀ ਹੈ, 6.5 lakh ਅਪਰੋਕਸੀਮੇਟਲੀ ਅਗਰ ਬੱਚੇ ਦੇ ਕੋਲ ਹੈਗਾ, ਪੇਮੈਂਟ ਉਹਦੀ ਰੈਡੀ ਹੈ, ਤੇ 48 ਘੰਟੇ 'ਚ ਬੱਚੇ ਦੀ ਫਾਈਲ ਨੂੰ ਅਸੀਂ ਐਮਬੈਸੀ ਦੇ ਵਿੱਚ ਲਾਵਾਂਗੇ। ਬਹੁਤ ਸਾਰੇ ਸਟੂਡੈਂਟ ਐਸੇ ਹੈ ਜਿਨ੍ਹਾਂ ਦਾ ਆਇਲਸ ਜਨਵਰੀ ਦੇ ਵਿੱਚ ਐਕਸਪਾਇਰ ਹੋ ਜਾਣਾ, ਬਹੁਤ ਸਾਰੇ ਸਟੂਡੈਂਟ ਐਸੇ ਹੈ ਜਿਹੜੇ ਆਲਰੇਡੀ ਰਿਜੈਕਟ ਹੋ ਗਏ। ਸੋ ਮੋਸਟ ਵੈਲਕਮ ਆਲ ਦੀ ਐਪਲੀਕੈਂਟਸ, ਸਾਰਿਆਂ ਦੀ ਫਾਈਲ ਅਸੀਂ ਕਰ ਸਕਦੇ ਹਾਂ। ਇਹਦੇ ਵਿੱਚ ਜਿਹੜੀ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ, ਸੋ ਬਹੁਤ ਸਾਰੇ ਸਟੂਡੈਂਟ ਐਸੇ ਵੀ ਹੈ ਜਿਹੜੇ ਸੋਚਦੇ ਕਿ ਭਾਈ 28 ਤਰੀਕ ਨੂੰ ਲਾ ਲਾਂਗੇ, 29 ਨੂੰ ਲਾ ਲਾਂਗੇ, 30 ਨੂੰ ਲਾ ਲਾਂਗੇ। ਸੋ ਆਪਸ਼ਨ ਰਹੇਗੀ ਨਹੀਂ, ਕਿਉਂਕਿ ਜਦੋਂ ਬਹੁਤ ਜ਼ਿਆਦਾ ਰਸ਼ ਹੁੰਦਾ, ਬਹੁਤ ਵੋਲੀਅਮ ਦੇ ਨਾਲ ਐਪਲੀਕੇਸ਼ਨ ਆਉਂਦੀ ਹੈ, ਕਿਤੇ ਨਾ ਕਿਤੇ ਸਾਈਟ ਸਲੋ ਹੋ ਜਾਂਦੀ ਹੈ ਜਾਂ ਕਿਤੇ ਨਾ ਕਿਤੇ ਸਾਈਟ ਐਰਰ ਦਿੰਦੀ ਹੈ। ਸੋ ਉਸ ਚੀਜ਼ ਦਾ ਵੇਟ ਬਿਲਕੁਲ ਨਾ ਕੀਤਾ ਜਾਏ। 25 ਦਸੰਬਰ ਤੋਂ ਪਹਿਲੇ ਪਹਿਲੇ ਜਿੰਨੀਆਂ ਫਾਈਲਾਂ ਲੱਗ ਜਾਣਗੀਆਂ ਉਨਾ ਹੀ ਬੈਨੀਫਿਟ ਮਿਲੇਗਾ ਸਟੂਡੈਂਟ ਨੂੰ। ਇੱਕ ਚੀਜ਼ ਹੋਰ ਦੇਖਣ ਨੂੰ ਇਹ 'ਚ ਮਿਲਦੀ ਹੈ ਕਿ ਕਈ ਸਟੂਡੈਂਟ ਐਸੇ ਹੋਣਗੇ ਜਿਹਦੀ GIC 31 ਦਸੰਬਰ ਤੋਂ ਪਹਿਲੇ ਪਹਿਲੇ ਪੇਡ ਹੈ, ਬਟ ਸਮ ਹਾਓ ਕਿਸੇ ਕਾਰਨ ਕਰਕੇ ਉਹਦੀ ਫਾਈਲ ਨਹੀਂ ਲੱਗ ਪਾਈ, ਉਹ ਬੱਚੇ ਦੀ ਜਿਹੜੀ GIC $200 ਪੇ ਹੈ, ਅਗਰ 1 ਜਨਵਰੀ ਨੂੰ ਬੱਚਾ ਕ੍ਰੋਸ ਕਰਦਾ ਤੇ ਉਹਨੂੰ ਆਪਣੀ GIC ਰੀਫਰੈਸ਼ ਕਰਾ ਕੇ ਐਜ਼ ਇਟ ਇਜ਼ ਹੀ ਨਵੇਂ ਰੂਲ ਦੇ ਤਹਿਤ $20,235 ਹੀ ਪੇ ਕਰਨੀ ਪਏਗੀ। ਸੋ ਇਹ ਚੀਜ਼ਾਂ ਜਿਹੜੀ ਬੇਸਿਕ ਰਹਿਣਗੀਆਂ, ਬੱਚੇ ਨੂੰ ਹੁਣ ਤੋਂ ਹੀ ਤਿਆਰੀ ਕਰਨੀ ਪਏਗੀ ਕਿ ਜਲਦੀ ਤੋਂ ਜਲਦੀ ਆਪਣੀ ਫਾਈਲ ਨੂੰ ਮੈਸੇਜ ਕਰਾਈ ਜਾਏ, ਕਾਲ ਨਾ ਕਰੇ, ਕੋਈ ਵੀ ਸਟੂਡੈਂਟ ਆਪਣੇ ਡਾਕੂਮੈਂਟ ਚੱਕੇ ਫੈਮਿਲੀ ਮੈਂਬਰ ਦੇ ਨਾਲ ਸਾਡੇ ਆਫਿਸਰ ਦੇ ਵਿੱਚ ਵਿਜ਼ਿਟ ਕਰੇ, ਸੇਮ ਟਾਈਮ ਤੇ ਕਾਉਂਸਲਿੰਗ ਲੈ ਕੇ ਨਾਲ ਦੇ ਨਾਲ ਹੀ ਆਪਣੀ ਐਪਲੀਕੇਸ਼ਨ ਨੂੰ ਅਪਲਾਈ ਕਰੇ ਤੇ ਫਾਸਟ ਟਰੈਕ ਐਪਲੀਕੇਸ਼ਨ ਦਾ ਲਾਹਾ ਲੈ ਸਕੇ। ਬਿਲਕੁਲ, ਹੋਰ ਇੱਕ ਇਨਫੋਰਮੇਸ਼ਨ ਵੀ ਤੁਹਾਨੂੰ ਦੇਣੀ ਚਾਹੂੰਗਾ ਕਿ ਕੱਲ ਸੰਡੇ ਨੂੰ ਵੀ ਓਮ ਗਲੋਬਲ ਦਾ ਆਫਿਸ ਓਪਨ ਹੈਗੇ ਆ ਸਾਰੇ ਭਾਜੀ?
ਬਿਲਕੁਲ ਦੇਖੋ ਐਪਲੀਕੇਸ਼ਨ ਦੀ ਅਗਰ ਆਪਾਂ ਗੱਲ ਕਰਦੇ ਰਸ਼ ਕਾਫੀ ਜ਼ਿਆਦਾ, ਸਟੂਡੈਂਟ ਦੇ ਵਿੱਚ ਡਰ ਦਾ ਮਾਹੌਲ ਆ, ਡਰੇ ਹੋਏ ਆ ਉਹਨਾਂ ਦੇ ਪੇਰੈਂਟਸ ਵੀ। ਹਲੇ ਤੱਕ ਅਸੀਂ ਆਫਿਸਿਸ ਦੇ ਵਿੱਚ ਬੈਠੇ ਹੋਏ ਆ, ਰਾਤ ਵੀ ਵਰਕਿੰਗ ਹੋਏਗੀ, ਸੰਡੇ ਸਾਰੇ ਹੀ ਬ੍ਰਾਂਚਸ ਸਾਡੀਆਂ ਓਪਨ ਰਹਿਣਗੀਆਂ 31 ਦਸੰਬਰ ਤੋਂ ਪਹਿਲੇ ਪਹਿਲੇ ਜਿੰਨੇ ਵੀ ਸੰਡੇ ਆ ਰਹੇ ਆ ਸਾਰੀ ਟੀਮ ਅਵੇਲੇਬਲ ਰਹੇਗੀ। ਈਵਨ ਡੈਡੀਕੇਸ਼ਨ ਬਹੁਤ ਜ਼ਿਆਦਾ ਟੀਮ ਦੇ ਵਿੱਚ, ਕੋਈ ਵੀ ਛੁੱਟੀ ਨਹੀਂ ਲੈ ਰਿਹਾ ਜਾਂ ਕੋਈ ਵੀ ਹਾਫ ਡੇ ਨਹੀਂ ਲੈ ਰਿਹਾ, ਸਾਰੇ ਹੀ ਕੰਮ ਕਰ ਰਹੇ। ਅਸੀਂ ਵੀ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਫਾਈਲਾਂ ਲਾਈਏ, ਸੋ ਦੈਟ ਕਿ ਕਿਤੇ ਨਾ ਕਿਤੇ 6.5 ਤੋਂ 7 ਲੱਖ ਰੁਪਇਆ ਸਟੂਡੈਂਟ ਦਾ ਜਿਹੜਾ ਉਹ ਬਚ ਸਕੇ। ਬਿਲਕੁਲ, ਓਮ ਗਲੋਬ ਵੱਲੋਂ ਜਿੰਨੇ ਵੀ ਤੁਹਾਡੇ ਨੇੜਲੇ ਆਫਿਸ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਬਠਿੰਡੇ ਤੇ, ਬਠਿੰਡੇ ਦੇ ਨੇੜੇ ਲੱਗਦੇ ਹੋ, ਬਠਿੰਡੇ ਆਫਿਸ ਚਲੇ ਜਾ ਸਕਦੇ ਹੋ, ਅੰਮ੍ਰਿਤਸਰ ਹੋ ਅੰਮ੍ਰਿਤਸਰ ਹੈਗਾ, ਨਾਲ ਦੀ ਨਾਲ ਚੰਡੀਗੜ੍ਹ ਹੈਗਾ, ਔਰ ਜਲੰਧਰ ਦੇ ਵਿੱਚ ਓਮ ਗਲੋਬਲ ਦਾ ਆਫਿਸ ਹੈ, ਹਰਿਆਣੇ ਤੋਂ ਜਮੁਨਾ ਨਗਰ ਔਰ ਜਿਹੜਾ ਹੈਗਾ ਭੇਵਾ, ਉੱਥੇ ਜਾ ਕੇ ਤੁਸੀਂ ਜਿਹੜੀ ਹੈ ਪੂਰੀ ਕੌਂਸਲਿੰਗ ਲੈ ਸਕਦੇ ਹੋ ਔਰ ਜਾਣਕਾਰੀ ਲੈ ਸਕਦੇ ਹੋ, ਕਿਉਂਕਿ ਓਮ ਗਲੋਬਲ ਨੇ ਈਵਨ ਜਿੰਨਾ ਵੀ ਸਾਰਾ ਸਟਾਫ ਹੈ ਬਹੁਤ ਹੀ ਹਾਰਡ ਵਰਕ ਵਾਲਾ ਹੈ, ਔਰ ਕਿਉਂਕਿ ਜਿਵੇਂ ਹੁਣ ਸੰਡੇ ਵੀ ਨੇ, ਉਹਨਾਂ ਸੰਡੇ ਵੀ ਆਫਿਸ ਓਪਨ ਰੱਖਿਆ ਸਟੂਡੈਂਟ ਦੇ ਲਈ, ਕਿ ਸਟੂਡੈਂਟ ਦੀਆਂ ਜਿੰਨੀਆਂ ਫਾਈਲਾਂ ਐਮਬੈਸੀ ਦੇ ਵਿੱਚ ਲੱਗ ਜਾਣਗੀਆਂ, ਕਿ ਉਹਨਾਂ ਦਾ ਕਾਫੀ ਜਿਹੜਾ ਪੈਸਾ ਤਕਰੀਬਨ 7 ਲੱਖ ਦੇ ਕਰੀਬ, ਜੇ ਆਪਾਂ ਕਹਿ ਸਕਦੇ ਹਾਂ ਕਿ ਤੁਹਾਡਾ ਬੈਨੀਫਿਟ ਹੋ ਸਕਦਾ। ਤੇ ਜਨਵਰੀ ਇਨਟੇਕ ਦੇ ਵਿੱਚ ਸਰ, ਜੇ ਕੋਈ ਕੋਰਸ ਸਿਲੈਕਸ਼ਨ ਦੀ ਗੱਲ ਕਰਦਾ, ਕਿਸ ਤਰ੍ਹਾਂ ਦੇ ਕੋਰਸ ਔਰ ਕਾਲਜ ਪ੍ਰੋਵਿੰਸ ਕਿਹੜੇ ਕਿਹੜੇ ਸਟੂਡੈਂਟ ਨੂੰ ਮਿਲ ਸਕਦੇ ਆ ਕੈਨੇਡਾ ਦੇ ਲਈ? ਬਹੁਤ ਸਾਰੀਆਂ ਸਰ ਡਿਸਕਸ਼ਨ ਦੇ ਟੌਪਿਕ ਹੈਗੇ ਨੇ, ਪਹਿਲਾਂ ਆਪਾਂ ਕਾਲ ਲੈ ਲਈਏ ਇੱਕ ਵਾਰੀ। ਹਾਂਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੇਰੇ ਬੇਟੇ ਦਾ ਨਾ ਪੀਟੀ ਦਾ ਰਿਜ਼ਲਟ ਆਇਆ ਜੀ ਪਰਸੋਂ, ਠੀਕ ਹੈ ਜੀ, 6 ਤਰੀਕ ਨੂੰ। ਠੀਕ ਹੈ, ਤਰੀਕ ਨੂੰ ਤਾਂ ਉਹਨਾਂ ਦੇ ਓਵਰਆਲ 57 ਹੈਗੇ ਆ ਜੀ ਸਕੋਰ। ਤੇ ਕਹਿੰਦੇ ਹੁਣ ਵੀ ਅੱਗੇ GIC ਵੱਧ ਗਈ ਜੀ, ਜਿਵੇਂ ਕਹਿੰਦੇ ਬਿਲਕੁਲ। ਦੇਖੋ ਬੇਸਿਕ ਰਿਕੁਆਇਰਮੈਂਟ 60 ਦੀ ਹੈਗੀ ਹੈ, 67 ਸਕੋਰ ਹੈਗਾ। ਤੁਸੀਂ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਮਾਣੇ ਤੋਂ ਗੱਲ ਕਰ ਰਹੇ ਹੋ ਸਰ? ਬਿਲਕੁਲ ਕਰ ਸਕਦੇ ਜੀ। GIC ਪੇਮੈਂਟ ਜਿਹੜੀ $10,200 ਲੱਗ ਰਹੀ ਹੈ ਜੀ। ਇੱਕ ਵਾਰ ਇਨਫੋਰਮੇਸ਼ਨ ਸਾਰਿਆਂ ਨੂੰ ਮੈਂ ਦੇ ਦਿੰਦਾ, ਜਿੰਨੀਆਂ ਐਪਲੀਕੇਸ਼ਨ 31 ਦਸੰਬਰ ਤੋਂ ਪਹਿਲਾਂ ਲੱਗਣਗੀਆਂ, ਸਾਰੇ ਬੱਚੇ ਸਟੂਡੈਂਟ ਜਿੰਨੇ ਵੀ ਅਪਲਾਈ ਕਰਨਾ ਚਾਹੁੰਦੇ $10,200 GIC ਪੇ ਕਰਕੇ ਅਪਲਾਈ ਕਰ ਸਕਦੇ ਆ। ਤੁਸੀਂ ਵੀ ਦੇਰੀ ਨਾ ਕਰਿਓ, ਕੱਲ ਦੇ ਕੱਲ ਹੀ ਸਾਡੇ ਆਫਿਸ ਦੇ ਵਿੱਚ ਵਿਜ਼ਿਟ ਕਰੋ, ਸੋ ਦੈਟ ਕਿ ਤੁਸੀਂ ਵੀ $10,200 ਨਾਲ ਅਪਲਾਈ ਕਰਾ ਕੇ ਬੱਚੇ ਦਾ ਕੈਨੇਡਾ ਦਾ ਵੀਜ਼ਾ ਹਾਸਲ ਕਰ ਸਕੋ। ਇਸ ਤੋਂ ਇਲਾਵਾ ਕੋਈ ਸਵਾਲ ਹੈਗਾ ਜੀ ਉਹ ਪੁੱਛ ਸਕਦੇ ਹੋ? ਬਿਲਕੁਲ ਜੀ, Sector 17 ਦੇ ਵਿੱਚ ਤੁਸੀਂ ਆ ਕੇ ਮਿਲ ਸਕਦੇ ਹੋ ਜੀ। ਥੈਂਕ ਯੂ ਜੀ। ਜੀ ਸਰ, ਅਗਰ ਆਪਾਂ ਗੱਲ ਕਰ ਰਹੇ ਸੀਗੇ ਪ੍ਰੋਵਿੰਸਸ ਨੂੰ ਲੈ ਕੇ, ਆਲਰੇਡੀ ਮੈਂ ਦੱਸ ਚੁੱਕਿਆ ਕਿ ਓਨਟਾਰੀਓ ਹੈਗਾ, ਬ੍ਰਿਟਿਸ਼ ਕੋਲੰਬੀਆ, ਅਲਬਰਟਾ ਦੇ ਵਿੱਚ ਸੀਟਸ ਅਵੇਲੇਬਲ ਹੈਗੀਆਂ ਨੇ, ਜਨਵਰੀ ਔਰ ਮੇ ਦੀਆਂ। ਬਹੁਤ ਸਾਰੇ ਕਾਲਜਸ ਐਸੇ ਆ ਜਿਨ੍ਹਾਂ ਨੇ ਸਪਤੰਬਰ ਇਨਟੇਕ ਦੇ ਵਿੱਚ ਆਫਰ ਲੈਟਰ ਰਿਲੀਜ਼ ਕਰਦੇ ਹੋਏ, ਬਟ ਸਟਿਲ ਵੀ ਹੈਵ ਦੀ ਆਪਸ਼ਨਸ ਇਨ ਜਨਵਰੀ ਐਂਡ ਮੇ ਆਲਸੋ। ਸੋ ਇਸ ਟਾਈਮ ਦੀ ਅਗਰ ਆਪਾਂ ਗੱਲ ਕਰੀਏ ਫਾਈਲ ਨੂੰ ਲਾਣ ਦੀ ਕਰੀਏ, ਸੋ ਰਾਦਰ ਦੈਨ ਕਿ ਆਪਾਂ ਆਈਏ, ਕਿਉਂਕਿ ਅਗਰ ਤਾਂ ਬੱਚਾ ਇੰਨਾ ਕੁ ਪੈਸਾ ਅਫੋਰਡ ਕਰਦਾ ਹੈ ਕਿ $20,000 GIC ਦੇ ਸਕਦਾ ਹੈ, ਸੋ ਸਾਡੇ ਵੱਲੋਂ ਭਾਵੇਂ ਫੈਬ ਚ ਅਪਲਾਈ ਕਰੇ ਜਾਂ ਮਾਰਚ ਵਿੱਚ ਅਪਲਾਈ ਕਰੇ ਕੋਈ ਪ੍ਰੋਬਲਮ ਨਹੀਂ ਹੈਗੀ। ਅਗਰ ਬੱਚਾ ਹੁਣ ਜਾਂਦਾ, ਸੋ ਉਹਨੂੰ ਨੀਅਰ ਬਾਏ ਸੀਟ ਦੇਖਣੀ ਪੈਗੀ ਕਿੱਥੇ ਸਾਨੂੰ ਮਿਲ ਰਹੀ ਹੈ। ਕੋਰਸ ਰੈਲੀਵੈਂਸੀ ਬਹੁਤ ਇੰਪੋਰਟੈਂਟ ਰਹੇਗੀ, ਅਗਰ ਕੋਰਸ ਰੈਲੀਵੈਂਟ ਹੈ ਤਾਂ ਹੀ ਵੀਜ਼ਾ ਮਿਲੇਗਾ ਜੀ। ਸਰ ਜਿਵੇਂ ਹੁਣੇ ਤਕਰੀਬਨ ਸਟੂਡੈਂਟ ਕੋਲ 20 ਤੋਂ 22 ਦਿਨ ਹੈਗੇ ਆ ਇਸ ਟਾਈਮ, ਜੇ ਆਪਾਂ ਕਹਿੰਦੇ 31 ਦਸੰਬਰ ਤੱਕ ਕੁਛ ਛੁੱਟੀਆਂ ਵੀ ਹੋਣਗੀਆਂ ਵਿੱਚ, ਚਲੋ ਆਪਾਂ ਘੱਟ ਲਾ ਸਕਦੇ ਹਾਂ, ਪਰ ਫਿਰ ਵੀ ਕਿਤੇ ਨਾ ਕਿਤੇ ਕੀ ਤੁਹਾਨੂੰ ਲੱਗਦਾ ਵੀ ਬਹੁਤ ਜ਼ਿਆਦਾ ਰਸ਼ ਨਹੀਂ ਹੋਜੂਗਾ ਇੰਨੀਆਂ ਫਾਈਲਾਂ, ਕੀ ਅੰਬੈਸੀ ਉਸ ਹਿਸਾਬ ਨਾਲ ਉੱਥੇ ਰਿਜ਼ਲਟ ਦੇ ਪਾਊਗੀ ਇੰਨੇ ਘੱਟ ਟਾਈਮ ਦੇ ਵਿੱਚ? ਕਿਉਂਕਿ ਹਰੇਕ ਹੀ ਸਟੂਡੈਂਟ ਸੋਚੂਗਾ ਵੀ ਮੇਰਾ ਕਾਫੀ ਪੈਸਾ ਜਿਹੜਾ $10,000 ਬਚ ਰਿਹਾ ਵੀ ਮੈਂ ਹੁਣੇ ਅਪਲਾਈ ਕਰਦਾ, ਚਾਹੇ ਕਿਸੇ ਨੇ ਇੱਦਾਂ ਹੋ ਸਕਦਾ ਕਿਸੇ ਨੇ ਮਈ ਇਨਟੇਕ ਲਈ ਜਾਣਾ ਹੋਵੇ ਉਹ ਵੀ ਹੁਣੇ ਫਾਈਲ ਲਾ ਦੇ। ਬਿਲਕੁਲ, ਚਾਹੇ ਸਪਤੰਬਰ ਇਨਟੇਕ ਦੇ ਵਿੱਚ ਫਾਈਲ ਲਾਣੀ ਹੁਣੇ ਲਾ ਸਕਦੇ ਹੋ। ਗੱਲ ਇਸ ਟਾਈਮ ਸਰ ਆਫਰ ਲੈਟਰ ਲੋਏ ਆਉਂਦੀ ਹੈ, ਕਾਲਜ ਵੱਲੋਂ ਲੈਟਰ ਆਫ ਆਏਗਾ, GIC ਸਰਟੀਫਿਕੇਟ ਹੋਏਗਾ, ਤਾਂ ਹੀ ਬੱਚੇ ਦੀ ਫਾਈਲ ਅੰਬੈਸੀ ਚ ਲੱਗ ਪਾਏਗੀ, ਇਸ ਤੋਂ ਇਲਾਵਾ ਨਹੀਂ ਲੱਗ ਪਾਏਗੀ। ਅਗਰ ਤੁਸੀਂ ਕਿੰਨੇ 20 ਦਿਨ ਹੈ, 20 ਦਿਨ ਬਿਲਕੁਲ ਨਹੀਂ ਹੈਗੇ ਜੀ, ਗਰਮੀ ਵੈਕੇਸ਼ਨ ਜ਼ਰੂਰ ਇਹਦੇ ਵਿੱਚ ਆਣਗੇ ਕ੍ਰਿਸਮਸ ਨਿਊ ਈਅਰ ਦੀਆਂ, ਸੋ ਕਿਤੇ ਨਾ ਕਿਤੇ ਸਾਈਟ ਵੀ ਹੋ ਸਕਦਾ ਕਿ ਹੈਵੀ ਹੋ ਜਾਏ, ਸਲੋ ਚੱਲੇ ਜਾਂ ਸਾਈਟ ਨਾ ਕੰਮ ਕਰੇ। ਸੋ ਅਸੀਂ ਟਾਰਗੇਟ ਇਹੀ ਲੈ ਕੇ ਜਾ ਰਹੇ ਹਾਂ 25 ਦਸੰਬਰ ਤੋਂ ਪਹਿਲੇ ਪਹਿਲੇ ਜਿੰਨੀਆਂ ਫਾਈਲਾਂ ਹੋ ਸਕਣ ਅਸੀਂ ਸਬਮਿਟ ਕਰ ਪਾਈਏ। ਰਿਜ਼ਲਟ ਦੇ ਉੱਪਰ ਕੋਈ ਫਰਕ, ਸਿਰਫ ਤੋਂ ਸਿਰਫ ਇੱਕ ਛੋਟੀ ਜਿਹੀ ਚੀਜ਼ ਦਾ ਡਿਫਰੈਂਸ ਹੈਗਾ ਕਿ 31 ਤਰੀਕ ਤੋਂ ਪਹਿਲੇ ਜਿੰਨੀਆਂ ਫਾਈਲਾਂ ਸਬਮਿਟ ਹੋਣਗੀਆਂ $10,200 ਨਾਲ ਹੋਣਗੀਆਂ, ਉਸ ਤੋਂ ਬਾਅਦ ਜਿਹੜੀ $35 ਦੇ ਨਾਲ ਐਪਲੀਕੇਸ਼ਨ ਹੋਏਗੀ ਜੀ। 31 ਦਸੰਬਰ ਤੋਂ ਬਾਅਦ ਚਾਹੇ ਜਿਹੜੇ ਸਟੂਡੈਂਟ ਸਾਡਾ ਸ਼ੋਅ ਦੇਖ ਰਹੇ ਆ, ਚਾਹੇ ਤੁਸੀਂ ਮਈ ਇਨਟੇਕ ਚ ਜਾਣਾ, ਜਿਵੇਂ ਇਸ ਭਾਈ ਨੇ ਕਿਹਾ ਸਤੰਬਰ ਇਨਟੇਕ ਵੀ ਜਾਣਾ, ਜੇ ਤੁਹਾਡੇ ਡਾਕੂਮੈਂਟ ਪੂਰੇ ਆ ਤਾਂ ਤੁਸੀਂ GIC ਭਰ ਕੇ ਜੇ ਤੁਹਾਡੇ ਕਾਲਜ ਤੋਂ ਆਫਰ ਲੈਟਰ ਐਲੋ ਆ ਜਾਂਦਾ ਤਾਂ ਉਸ ਤੋਂ ਬਾਅਦ ਤੁਸੀਂ ਹੁਣੇ ਹੀ ਫਾਈਲ ਜਿਹੜੀ ਹੈ 31 ਦਸੰਬਰ ਤੋਂ ਜੇ ਪਹਿਲਾਂ ਲਾਉਂਦੇ ਹੋ ਤਾਂ ਤੁਹਾਡਾ ਤਕਰੀਬਨ $10,000 ਜਿਹੜਾ ਪੈਸਾ ਹੈ ਉਹ ਬਚ ਸਕਦਾ। ਤੇ ਨਾਲ ਦੀ ਨਾਲ ਭਾਜੀ ਵਰਕ ਰਾਈਟਸ ਨੂੰ ਲੈ ਕੇ ਵੀ ਥੋੜੇ ਚੇਂਜਿੰਗ ਆਇਆ, ਉਸ ਬਾਰੇ ਵੀ ਥੋੜਾ ਸਟੂਡੈਂਟ ਨੂੰ ਦੱਸ ਦਿਓ ਵੀ ਕਿਸ ਤਰ੍ਹਾਂ ਦੇ ਚੇਂਜਿੰਗ ਹੈਗੇ ਆ ਕੰਮ ਨੂੰ ਲੈ ਕੇ।
देखो रिलैक्सेशन काफी आई है, काफी सारे स्टूडेंट सी या काफी सारे कंसल्टेंट भी सीखे पूछ रहे कि पाजी क्यों ये चेंजेस आई। चेंजेस आई हर एक दस्या, बट चेंज क्यों आया किसी ने भी नहीं दस्या। सो पिछले अगर थोड़े जे टाइम की गल करते हैं, काफी स्टूडेंट्स ने वीडियो पाईया सीगियां कि असी बेसमेंट दे विच रह रहे हैं, साडे कोल कम नहीं हैगा या असी अफोर्ड नहीं कर पा रहे, जिहड़ी भी इहनां दी नीड सीगियां नहीं हो पा रहियां। सो गवर्नमेंट ने इस चीज़ नूं देखते हुए कहा कि $10,200 दे विच तुहाडा अगर गुजारा नहीं हो रहा एक्सपेंसिस नूं वधा दिता जाए, सो दैट कि ये थोड़ा जिहा एक्सपेंसिस बच्चे दे कोल आ जांदे, बच्चा चंगे तरीके नाल सरवाइव कर सके। दूसरे पासिओं अगर आपां देखते हैं एक गवर्नमेंट कॉलेज वाला बच्चा जिहदी पढ़ाई 4 to 5 दिन पढ़ना है, 2 दिन के बच्चे बच्चे ने कितना कितने काम इनकम्प्लीट रह जाना, वो भी पूरा करना है। सो वो बच्चे नूं काम करने लिए टाइम ही नहीं मिलता, अगर टाइम नहीं मिलता बच्चा सर्वाइव नहीं कर पाता। इस तो कंपैरेटिवली देखिए प्राइवेट कॉलेज वाले बच्चे बहुत सारे ऐसे ने, मतलब 1.5 to 2 दिन जी पढ़ाई है, कई कॉलेज हार्डली 3 दिन पढ़ाई है, उस तो बाद बच्चे को 3-4 दिन मिल जाते, बच्चा आपका काम भी करता पैसे भी पूरे कर लेता। सो किसी ने कहते इस चीज बच्चों की जी सर्वाइव करना टफ सीगा, सो दैट कि इन्होंने इस चीज़ को इंक्रीमेंट किया, होर खास कोई चेंजेस नहीं है, बच्चे के पक्ष की ही गल है। सो अगर ताकि जी आई सी ज्यादा जा रही है, सो स्टूडेंट के अकाउंट के ही पैसा रहेगा, फर्क सिर्फ इस चीज़ का पेगा कि जोड़ा बच्चा इस टाइम इतने 16 to 18 लाख रुपये ला के जाता जो कि 31 दिसंबर तो पहले ਉਹਦਾ ਖਰਚਾ ਇੰਨਾ ਆਏਗਾ, ਜਿਹੜਾ ਬੱਚਾ 1 ਤਰੀਕ ਤੋਂ ਬਾਅਦ ਆਪਣੀ ਐਪਲੀਕੇਸ਼ਨ ਲਾਏਗਾ ਉਹ 23-24 ਲੱਖ ਰੁਪਏ ਦਾ ਖਰਚਾ ਆਏਗਾ, ਹੋਰ ਇਹ 'ਚ ਕੋਈ ਡਿਫਰੈਂਸ ਨਹੀਂ ਗਾ। ਬਿਲਕੁਲ, ਜਿਹੜਾ ਦਸੰਬਰ ਤੋਂ ਬਾਅਦ ਜੇ ਤੁਸੀਂ ਅਪਲਾਈ ਕਰਦੇ ਹੋ ਤਾਂ ਤੁਹਾਡਾ ਜਿਹੜਾ ਖਰਚਾ ਕਾਫੀ ਵੱਧ ਸਕਦਾ, ਤਕਰੀਬਨ ਜੇ ਆਪਾਂ ਗੱਲ ਕਰੀਏ ਤਾਂ ਡਬਲ ਜੀ ਆਈ ਸੀ ਕਹਿ ਸਕਦੇ ਹਾਂ, ਡਬਲ ਹੀ ਹੋ ਚੁੱਕੀ ਹੈ, ਔਰ ਕਾਫੀ ਲੰਬੇ ਸਮੇਂ ਬਾਅਦ ਕੈਨੇਡਾ ਨੇ ਜਿਹੜੇ ਇਹ ਚੇਂਜਿੰਗ ਆਪਣੇ ਉਸਦੇ ਵਿੱਚ ਕੀਤੇ ਹੈ। ਤੇ ਸਰ ਜੇ ਆਪਾਂ ਫੀਸ ਨੂੰ ਲੈ ਕੇ ਜਾਂ ਹੋਰ ਖਰਚਿਆਂ ਨੂੰ ਲੈ ਕੇ ਲਾਉਂਦੇ ਹਾਂ ਵੀ ਕਿੰਨਾ ਟੋਟਲ, ਜਿਵੇਂ ਤੁਸੀਂ ਦੱਸਿਆ 20 to 25 ਲੱਖ ਰੁਪਏ ਖਰਚਾ ਆ ਜਾਂਦਾ 6 ਮੰਥ ਦੀ ਫੀਸ ਨਾਲ ਆ ਜਾਂਦਾ ਜਾਂ 1 ਈਅਰ ਦੀ ਫੀਸ ਨਾਲ ਇੰਨਾ ਖਰਚਾ ਆ ਜੂਗਾ ਗੁਰੂ? ਕੈਨੇਡਾ ਦੇ ਵਿੱਚ ਆਲਮੋਸਟ 1 ਈਅਰ ਦੀ ਫੀਸਿਸ ਜਾਂਦੀਆਂ ਨੇ, ਅਗਰ ਆਪਾਂ ਜੀਏਸੀ ਕਰੀਏ 1 ਸਾਲ ਦੀ ਫੀਸ ਦਾ ਖਰਚਾ 16 to 18 ਲੱਖ ਰੁਪਏ ਆਉਂਦਾ। ਅਗਰ ਜੀਏਸੀ ਇੰਕਰੀਮੈਂਟ ਹੁੰਦਾ 1 ਜਨਵਰੀ ਤੋਂ ਬਾਅਦ ਦੇ ਬੱਚਿਆਂ ਦੇ ਵਿੱਚ ਆਊਗਾ 23 to 24 ਲੱਖ ਰੁਪਏ ਦਾ ਫਰਕ ਆਊਗਾ। ਸੋ ਜਿਹੜਾ ਬੱਚਾ 16 ਲੱਖ ਪੇ ਕਰਦਾ ਸੀਗਾ ਉਹੀ 1 ਜਨਵਰੀ ਤੋਂ ਬਾਅਦ 23 to 24 ਲੱਖ ਰੁਪਏ ਪੇ ਕਰਕੇ ਕੈਨੇਡਾ ਦਾ ਵੀਜ਼ਾ ਹਾਸਲ ਕਰੂਗਾ। ਫੀਸ ਦੋਨਾਂ ਸੈਕਟਰ ਦੇ ਵਿੱਚ ਸਾਲ ਦੀ ਹੀ ਜਾਏਗੀ। ਬਿਲਕੁਲ ਸਰ, ਨਾਲ ਦੀ ਨਾਲ ਥੋੜਾ ਜਿਹਾ ਆਪਾਂ ਹੋਰ ਵੀ ਡਿਸਕਸ ਕਰਦੇ ਹਾਂ, ਜਿਵੇਂ ਕਈ ਸਟੂਡੈਂਟ ਦੀ ਰਿਫਿਊਜ਼ਲ ਆਈ ਹੋਈ ਹੈ ਜਨਵਰੀ ਇਨਟੇਕ। ਵੈਸੇ ਓਵਰਆਲ ਜੇ ਆਪਾਂ ਗੱਲ ਕਰੀਏ ਓਮ ਗਲੋਬਲ ਦਾ, ਅਸੀਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਹਾਂ ਕਾਫੀ ਵੀਜ਼ੇ ਤਕਰੀਬਨ ਦਿਖਾ ਰਹੇ ਹੋ ਤੁਸੀਂ, ਆ ਰਹੇ ਆ ਸਟੂਡੈਂਟ ਦੀਆਂ ਫੋਟੋਆਂ ਵੀ ਪਾ ਰਹੇ ਨੇ, ਤੇ ਪਰ ਕਿਸ ਤਰ੍ਹਾਂ ਦਾ ਜੇ ਆਪਾਂ ਓਵਰਆਲ ਗੱਲ ਕਰੀਏ ਕਿਸ ਤਰ੍ਹਾਂ ਦਾ ਰਿਹਾ ਜਨਵਰੀ ਇਨਟੇਕ, ਕਿਸ ਤਰ੍ਹਾਂ ਦੀ ਪ੍ਰੋਫਾਈਲਸ ਦੇ ਜਿਹੜੇ ਵੀਜ਼ੇ ਆ ਜ਼ਿਆਦਾ ਆਏ ਆ ਜਾਂ ਸਕਸੈਸਫੁਲੀ ਆਏ ਆ, ਸਕਸੈਸ ਰੇਟ ਹੈ ਜਿਹੜਾ ਵਧਿਆ ਜਾਂ ਕਿਸ ਤਰ੍ਹਾਂ ਦਾ ਬਣ ਰਿਹਾ? ਅਪਡੇਟ ਹੋਇਆ ਸੀਗਾ ਜਿਹਦੇ ਵਿੱਚ ਆਇਲਸ ਦੀ ਰਿਕੁਆਇਰਮੈਂਟ ਡਿਕਰੀਜ਼ ਕੀਤੀ ਸੀਗੀ। ਕੈਨੇਡਾ ਦਾ ਟਾਰਗੇਟ ਸੀਗਾ 9 ਲੱਖ ਐਪਲੀਕੈਂਟਸ ਨੂੰ ਬੁਲਾਉਣਾ, ਜੋ ਕਿ 6 ਈਚ ਦੇ ਨਾਲ ਨਹੀਂ ਹੋ ਸਕਦਾ ਸੀਗਾ, ਇਸ ਕਰਕੇ ਉਹਨਾਂ ਨੇ ਆਪਣੀ ਰਿਕੁਆਇਰਮੈਂਟ ਨੂੰ ਡਾਊਨ ਕੀਤਾ, 6 ਓਵਰਆਲ ਕਰੇ ਜਿਹਦੇ ਵਿੱਚ 2 to 5.5, 3 to 5.5, ਕਿਸੇ ਮੋਡਿਊਲ 'ਚ 5 ਜਾਂ ਕਿਸੇ 4.5 ਦੇ ਨਾਲ ਵੀ ਵੀਜ਼ਾਸ ਗ੍ਰਾਂਟ ਹੋਏ। 10 ਅਗਸਤ ਤੋਂ ਬਾਅਦ ਅਗਰ ਹੁਣ ਦੀ ਗੱਲ ਕਰਦੇ ਹਾਂ, ਹਜੇ ਤੱਕ ਕੋਈ ਵੀ ਰਿਫਿਊਜ਼ਲ ਦੇਖਣ ਨੂੰ ਨਹੀਂ ਮਿਲੀ। ਅਗਰ ਕੋਈ ਬੱਚਾ ਰਿਜੈਕਟ ਹੋਇਆ, ਉਹਦੀ ਫਾਈਲ ਜਦੋਂ ਰੀਲੌਜ ਕੀਤੀ ਸਵੇਰੇ ਬਿਲਕੁਲ, ਜੇ ਆਪਾਂ ਗੱਲ ਕਰੀਏ ਤਾਂ ਕਾਫੀ ਸਟੂਡੈਂਟ ਨੇ ਜਿਹੜੇ, ਜਿਵੇਂ ਹੁਣੇ ਭਾਜੀ ਨੇ ਦੱਸਿਆ ਕਿ ਸਪਾਊਸ ਦੇ ਨਾਲ ਜੇ ਤੁਸੀਂ ਸਪਾਊਸ ਦੇ ਵੀਜ਼ੇ ਵੀ ਮਿਲੇ ਆ ਨਾਲ ਦੀ ਨਾਲ, ਓਵਰਆਲ ਜਿਹੜਾ ਜਨਵਰੀ ਇਨਟੇਕ ਹੈ ਕਾਫੀ ਅੱਛਾ ਰਿਹਾ। ਪਰ ਭਾਜੀ ਜਿਵੇਂ ਹੁਣੇ ਵੀ ਆਪਾਂ ਗੱਲ ਕੀਤੀ ਹੈ ਕਿਸ ਤਰ੍ਹਾਂ ਦੇ ਨਾਲ ਪੋਸੀਬਲ, ਕਈ ਵਾਰੀ ਸਟੂਡੈਂਟ ਨੂੰ ਨਾ ਡਾਊਟ ਵੀ ਲੱਗਦਾ ਵੀ ਬਹੁਤ ਘੱਟ ਸਮਾਂ ਹੈ, ਕਿਸ ਤਰ੍ਹਾਂ ਦੇ ਨਾਲ ਪੋਸੀਬਲ ਹੈ ਇੰਨੇ ਟਾਈਮ ਦੇ ਵਿੱਚ ਆਫਰ ਲੈਟਰ ਆਉਣਾ? ਕਿਉਂਕਿ ਮੇਰੀ ਕੱਲ੍ਹ ਹੀ ਕਿਸੇ ਸਟੂਡੈਂਟ ਨਾਲ ਗੱਲ ਹੋਈ ਸੀ, ਚਲੋ ਆਪਾਂ ਕੰਪਨੀ ਦਾ ਨਾਮ ਨਹੀਂ ਲੈਣਾ, ਉਹ ਕਹਿ ਰਹੇ ਸੀ ਕਿ ਮੈਂ ਉਸ ਕੈਨੇਡਾ ਦੇ ਲਈ ਉਹਨਾਂ ਨੂੰ ਫਾਈਲ ਦਿੱਤੀ ਹੈ, ਹੋ ਸਕਦਾ ਜਲੰਧਰ ਦੀ, ਆਪਾਂ ਕੰਪਨੀ ਦੱਸ ਦੇਣਾ ਤੁਹਾਨੂੰ ਜਲੰਧਰ ਦੀ ਹੈਗੀ ਹੈ, ਵੀ 3 ਮਹੀਨੇ ਤੋਂ ਸਾਡਾ ਆਫਰ ਲੈਟਰ ਹੀ ਨਹੀਂ ਆਇਆ ਕੈਨੇਡਾ ਦਾ ਖਾਸ ਤੌਰ ਤੇ, ਕਿਉਂਕਿ ਹੋਰ ਕਿਸੇ ਕੰਟਰੀ ਦਾ ਮੰਨਦੇ ਆਪਾਂ ਟਾਈਮ ਲੱਗ ਰਿਹਾ ਜੇ USA ਦੀ ਗੱਲ ਕਰਦੇ ਹਾਂ, ਪਰ ਕੈਨੇਡਾ ਦੇ ਵਿੱਚ ਇੰਨਾ ਲੰਬਾ ਸਮਾਂ ਲੱਗ ਰਿਹਾ। ਤੇ ਦੂਜੇ ਪਾਸੇ ਆਪਾਂ ਕਹਿ ਰਹੇ ਹਾਂ ਵੀ 20 ਦਿਨਾਂ ਦੇ ਵਿੱਚ ਅਸੀਂ ਤੁਹਾਡੀ ਫਾਈਲ ਲਾਂਚ ਕਰਦੇ ਹਾਂ, ਕਿਸ ਤਰ੍ਹਾਂ ਦੇ ਨਾਲ ਥੋੜਾ ਪ੍ਰੋਸੈਸ ਸਮਝਾ ਦਿਓ ਵੀ ਓਮ ਗਲੋਬਲ ਕੋ ਐਸੀ ਕਿਹੜੀ ਕਿਹੜੀ ਜਾਦੂ ਦੀ ਛੜੀ ਹੈਗੀ ਹੈ ਵੀ ਇੰਨੀ ਛੇਤੀ ਜਿਹੜਾ ਸਾਰਾ ਪ੍ਰੋਸੈਸ ਕੰਪਲੀਟ ਹੋ ਸਕਦਾ? ਜਦੋਂ ਰੂਲ ਚੇਂਜ ਹੁੰਦੇ ਆ ਸਟੂਡੈਂਟ ਉੱਤੇ ਕੋਈ ਪ੍ਰੋਬਲਮ ਆਉਂਦੀ ਹੈ, ਹਮੇਸ਼ਾ ਇਨੀਸ਼ੀਏਟ ਅੱਗੇ ਹੋ ਕੇ ਓਮ ਗਲੋਬਲ ਲੈਂਦਾ। ਸੋ ਬਹੁਤ ਸਾਰੇ ਐਸੇ ਸਟੂਡੈਂਟ ਜਿਨ੍ਹਾਂ ਦੀ ਆਫਰ ਲੈਟਰ ਨਹੀਂ ਹਜੇ ਤੱਕ ਆਈ, ਅੱਜ ਮੈਂ ਲਾਈਵ ਵੀ ਕੀਤਾ ਸੀਗਾ, ਉਹ 'ਚ ਵੀ ਕਾਫੀ ਕੁਐਸਚਨ ਸੀਗੇ ਬੱਚਿਆਂ ਦੇ, ਔਰ ਰੈਗੂਲਰ ਰੂਟੀਨ ਬੇਸਿਸ ਉੱਤੇ ਇਨਕੁਆਇਰੀਜ਼ ਆ ਰਹੀ ਹੈ, ਕਾਲ ਸੈਂਟਰ 'ਚ ਕਾਲ ਆ ਰਹੇ ਆ, ਮੈਸੇਜਿਸ ਆ ਰਹੇ ਬੱਚਿਆਂ ਦੇ,
ਦੋ ਦੋ ਢਾਈ ਢਾਈ ਮਹੀਨੇ ਹੋ ਗਏ ਭਾਜੀ ਆਫਲਾਈਨ। ਇਨੀਸ਼ੀਏਟ ਅਸੀਂ ਇਹ ਚੀਜ਼ ਲਿਆ ਹੈਗਾ ਕਿ ਫਾਸਟ ਟਰੈਕ ਐਪਲੀਕੇਸ਼ਨ ਦਾ ਮਾਣ ਦੇ ਨਾਲ ਕਹਾਂਗੇ ਇਕਲੌਤੀ ਕੰਪਨੀ ਹੋਮ ਗਲੋਬਲ ਜਿਹੜੀ 48 ਘੰਟੇ ਦੇ ਵਿੱਚ ਬੱਚੇ ਦੀ ਫਾਈਲ ਨੂੰ ਅੰਬੈਸੀ ਤੱਕ ਲਾਏਗੀ, ਜਿਹਦੇ ਵਿੱਚ ਆਫਰ ਲੈਟਰ ਤੋਂ ਲੈ ਕੇ LOA ਤੋਂ ਲੈ ਕੇ ਫਾਈਲ ਜਮ੍ਹਾਂ ਕਰਾਉਣ ਤੱਕ 48 ਘੰਟੇ ਦੇ ਵਿੱਚ ਬੱਚੇ ਦੇ ਕਾਗਜ਼ ਪੂਰੇ ਹੋਣੇ ਚਾਹੀਦੇ ਆ, JAC ਰੈਡੀ ਹੋਣਾ ਚਾਹੀਦਾ। ਅਸੀਂ 48 ਘੰਟਿਆਂ ਦੇ ਵਿੱਚ ਫਾਈਲ ਅੰਬੈਸੀ ਚਲਾਵਾਂਗੇ, ਜਿਹਦੇ ਵਿੱਚ ਚਾਹੇ ਫਸਟ ਟਾਈਮ ਅਪਲਾਈ ਕਰਨਾ ਚਾਹੁੰਦੇ ਹੋ, ਚਾਹੇ 10 ਵਾਰ ਰਿਫਿਊਜ਼ ਹੋ, ਸਿੰਗਲ ਜਾਣਾ, ਸਪਾਊਸ ਜਾਣਾ ਜਾਂ ਵਿਦ ਕਿਡ ਜਾਣਾ ਚਾਹੁੰਦੇ ਹੋ, ਨਾ ਕੋਈ ਐਪਲੀਕੇਸ਼ਨ ਫੀਸ ਦੇਣੀ ਹੈ, ਨਾ ਪ੍ਰੋਸੈਸਿੰਗ ਫੀਸ ਦੇਣੀ ਹੈ, ਨਾ ਕਾਲਜ ਫੀਸ ਦੇਣੀ ਹੈ, ਨਾ ਅੰਬੈਸੀ ਫੀਸ ਦੇਣੀ ਹੈ, ਨਾ ਮੈਡੀਕਲ ਫੀਸ ਦੇਣੀ ਹੈ। ਸਾਰੇ ਪੈਸੇ ਉਦੋਂ ਲਾਂਗੇ ਜਦੋਂ ਬੱਚੇ ਹੋ ਜਾਏਗਾ। ਬਿਲਕੁਲ, ਬਹੁਤ ਵੱਡੀ ਇੱਕ ਹੋਰ ਆਫਰ ਵੀ ਹੈ। ਪਹਿਲੀ ਗੱਲ ਤਾਂ ਸੰਡੇ ਨੂੰ ਓਮ ਗਲੋਬਲ ਦਾ ਆਫਿਸ ਹੈ ਜਿਹੜਾ ਓਪਨ ਰਹੂਗਾ, ਤੁਹਾਡੇ ਨੇੜਲੇ ਕਿਸੇ ਵੀ ਆਫਿਸ ਦੇ ਵਿੱਚ ਜਾ ਕੇ ਤੁਸੀਂ ਜਿਹੜੀ ਹੈ ਵਰਕਿੰਗ ਜਿਹੜੇ ਬਾਕੀ ਵਰਕਿੰਗ ਡੇਜ਼ ਨੇ ਉਸ ਤਰੀਕੇ ਦੇ ਨਾਲ ਚਾਲੂ ਰਹੂਗੀ। ਤੁਸੀਂ ਉੱਥੇ ਜਾ ਕੇ ਜਿਹੜੀ ਹੈ ਆਪਣੀ ਜਾਣਕਾਰੀ ਲੈ ਸਕਦੇ ਹੋ। ਤੁਸੀਂ ਬਠਿੰਡਾ, ਜਲੰਧਰ, ਅੰਮ੍ਰਿਤਸਰ, ਚੰਡੀਗੜ੍ਹ, ਜਮੁਨਾ ਨਗਰ ਉਹਨਾਂ ਦੇ ਨਾਲ ਭੇਵਾ ਦੇ ਵਿੱਚ ਪਹੁੰਚ ਕੇ ਜਿਹੜੀ ਹੈ ਪੂਰੀ ਜਾਣਕਾਰੀ ਦਿਓ। ਰਿੱਕੀ ਸੰਧੂ ਜੀ ਸਾਡੇ ਨਾਲ ਨੇ ਲਾਈਵ ਦੇ ਵਿੱਚ ਖਾਸ ਤੌਰ 'ਤੇ ਜੁੜੇ ਹੋਏ ਆ, ਇਹਨਾਂ ਤੋਂ ਤੁਸੀਂ ਜਲੰਧਰ ਔਰ ਅੰਮ੍ਰਿਤਸਰ ਦੇ ਵਿੱਚ ਮਿਲ ਕੇ ਜਿਹੜੀ ਹੈ ਕਿਸ ਤਰ੍ਹਾਂ ਦੇ ਨਾਲ ਤੁਹਾਡੀ ਪ੍ਰੋਸੈਸਿੰਗ ਹੋਊਗੀ, ਕਿਹੜਾ ਕਾਲਜ, ਯੂਨੀਵਰਸਿਟੀ ਕੀ ਹੋਊਗੀ, ਤੁਹਾਡੇ ਡਾਕੂਮੈਂਟ ਦੇਖ ਕੇ ਤੁਹਾਨੂੰ ਦੱਸਿਆ ਜਾ ਸਕਦਾ। ਤੇ ਨਾਲ ਦੀ ਨਾਲ ਸਰ ਜਿਨ ਇੱਕ ਹੋਰ ਆਪਾਂ ਇੱਥੇ ਸਵਾਲ ਬਣਦਾ ਕਿ ਸਟੂਡੈਂਟ ਦਾ ਜੇ ਕਿਸੇ ਦੇ ਇੱਕ ਮੋਡਿਊਲ 'ਚ 5.5, ਚਲੋ ਆਲਰੇਡੀ ਆਪਾਂ ਡਿਸਕਸ ਕਈ ਵਾਰੀ ਕਰ ਚੁੱਕੇ ਹਾਂ ਕਿ 5.5 ਹੈਗਾ ਤਾਂ ਉਹ ਲੱਗ ਸਕਦਾ, ਪਰ ਕਿਤੇ ਨਾ ਕਿਤੇ ਸਟੂਡੈਂਟ ਜੇ ਕਿਸੇ ਦੇ 2 'ਚ 5.5 ਨੇ ਜਾਂ 5 ਨੇ ਕਿ ਜਾਂ PT 'ਚ 60 ਤੋਂ ਨੀਚੇ ਹੈਗੇ ਆ, ਕੀ ਉਹ ਅਪਲਾਈ ਕਰ ਸਕਦੇ ਆ? ਦੇਖੋ ਭਾਜੀ, ਦੋ ਤਿੰਨ ਸਵਾਲ ਤੁਸੀਂ ਇਕੱਠੇ ਕੀਤੇ। ਪਹਿਲੀ ਚੀਜ਼ ਇਹ ਕਿ ਕੱਲ੍ਹ ਦੀ ਜਿਹੜੀ ਅਵੇਲੇਬਿਲਿਟੀ ਦੀ ਗੱਲ ਕਰਦੇ, ਕੱਲ੍ਹ ਮੈਂ ਜਲੰਧਰ ਆਫਿਸ ਦੇ ਵਿੱਚ ਬੈਠੂੰਗਾ, ਸੋ ਜਿਹੜੇ ਵੀ ਸਟੂਡੈਂਟ ਜਲੰਧਰ ਆ ਸਕਦੇ ਆ ਕੱਲ੍ਹ ਮੈਨੂੰ ਉੱਥੇ ਆ ਕੇ ਮਿਲ ਸਕਦੇ ਨੇ। PT ਦੀ ਗੱਲ ਕਰਦੇ ਹੋ, 60 ਬੇਸਿਕ ਰਿਕੁਆਇਰਮੈਂਟ ਹੈ ਅੰਡਰ SDS, ਸੋ 60 ਸਕੋਰ ਜਾਂ ਉਸ ਤੋਂ ਜ਼ਿਆਦਾ ਸਕੋਰ ਜਿਹੜੇ ਸਟੂਡੈਂਟ ਦਾ ਹੈਗਾ PT ਦੇ ਵਿੱਚ, ਉਹਦਾ ਵੀਜ਼ਾ ਗ੍ਰਾਂਟ ਹੋਏਗਾ। ਨੋਨ SDS ਦਾ ਰਿਜ਼ਲਟ ਜਿਹੜਾ ਆਲਮੋਸਟ 15% ਰਹਿੰਦਾ, ਸੋ ਉਹਦੇ ਵਿੱਚ ਕੋਈ ਗਰੰਟੀ ਕਹਿ ਨਹੀਂ ਸਕਦੇ ਕਿ ਵੀਜ਼ਾ ਦੇ ਚਾਂਸਿਸ ਵਧੀਆ ਹੋਣਗੇ। ਇਸ ਤੋਂ ਆਲਟਰਨੇਟ ਬਹੁਤ ਸਾਰੀ ਐਪਲੀਕੇਸ਼ਨ ਐਸੀਆਂ ਸੀਗੀਆਂ ਜਿਹਦੀ ਓਵਰਆਲ 6 ਬੈਂਡ ਸੀਗੇ, 2 ਦੇ ਵਿੱਚ 5.5 ਸੀਗੇ, ਉਹਦੇ ਵੀ ਵੀਜ਼ੇ ਲਏ ਆ, ਇੱਕ ਮੋਡਿਊਲ 'ਚ 5 ਬੈਂਡ ਦੇ ਨਾਲ ਵੀ ਵੀਜ਼ੇ ਲਏ, ਔਰ ਇੱਕ 'ਚ 5.5 ਬੈਂਡ ਦੇ ਨਾਲ ਤੇ ਲੈ ਹੀ ਲਏ ਆ, ਇੱਕ ਮੋਡਿਊਲ 'ਚ 4.5 ਬੈਂਡ ਦੇ ਨਾਲ ਵੀ ਅਸੀਂ ਵੀਜ਼ਾ ਹਾਸਲ ਕੀਤੇ। ਸੋ ਬਹੁਤ ਸਾਰੀ ਐਪਲੀਕੇਸ਼ਨ ਇੱਦਾਂ ਦੀ ਕਿ ਕੰਪਲੀਕੇਸ਼ਨ ਸੀਗੀਆਂ, ਪਰਸੈਂਟੇਜ ਵੀ 50 ਸੀਗੀ, ਤੇ ਕਾਫੀ ਸਾਰੀ ਐਪਲੀਕੇਸ਼ਨ ਐਸੀਆਂ ਵੀ ਸੀਗੀਆਂ ਕਿ ਜਿਹਦੇ ਵਿੱਚ 15-15 ਵਾਰ ਬੱਚਾ। ਸੋ ਅੱਜ ਕਾਲ ਲੈ ਲਈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਕਿਹੜੀ ਕੰਟਰੀ ਜਾਣਾ ਚਾਹੁੰਦੇ ਹੋ ਜੀ? ਕੈਨੇਡਾ ਸਰ ਸੋਚ ਰਹੇ ਕਿ ਗੈਪ ਕਰਕੇ ਜਾਂ ਜਿਵੇਂ JAC ਵਾਧੂ ਲੱਗ ਰਹੀ ਹੋਣੀ ਜੀ, ਜੇ ਮੈਂ ਹੁਣ ਅਪਲਾਈ ਕਰ ਦਿੰਦਾ JAC ਬਚ ਜਾਵੇਗੀ? ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ? ਮੈਂ ਸਰ ਪਟਿਆਲੇ ਤੋਂ ਜੀ। ਪਟਿਆਲੇ ਤੋਂ ਗੱਲ ਕਰ ਰਹੇ ਹੋ? ਸੋ ਤੁਸੀਂ ਕੱਲ ਜਲੰਧਰ ਆਫਿਸ ਦੇ ਵਿੱਚ ਆ ਕੇ ਤੁਸੀਂ ਮੈਨੂੰ ਮਿਲ ਸਕਦੇ ਹੋ, ਬਿਲਕੁਲ ਅਪਲਾਈ ਕਰ ਸਕਦੇ ਆ। ਚਾਹੇ ਤੁਹਾਡਾ ਪੜ੍ਹਾਈ ਦੇ ਵਿੱਚ ਗੈਪ ਆ, ਉਹ ਮੈਟਰ ਨਹੀਂ ਕਰਦਾ, ਗੈਪ ਦੀ ਜਸਟੀਫਿਕੇਸ਼ਨ ਕੰਸਲਟੈਂਟ ਦੀ ਸਮਝ ਚਾਹੀਦੀ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਫਾਈਲ ਨੂੰ ਅੰਬੈਸੀ ਚਲਾਉਂਦੇ ਹੋ। ਬ੍ਰਦਰ, ਹੁਣ ਅਗਰ ਆਪਾਂ ਤੁਹਾਡੀ ਫਾਈਲ ਕਰਦੇ ਹਾਂ, ਬਿਲਕੁਲ $10-200 ਦੇ ਨਾਲ ਹੀ ਫਾਈਲ ਹੋਏਗੀ। 31 ਦਸੰਬਰ ਤੋਂ ਪਹਿਲੇ ਪਹਿਲੇ ਫਾਈਲ ਅਸੀਂ ਸਬਮਿਟ ਕਰਨੀ ਹੈ। ਡਾਕੂਮੈਂਟੇਸ਼ਨ ਲੈ ਕੇ ਆਈਓ, ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਆਈਓ, ਸੋ ਦੈਟ ਕਿ ਕਾਉਂਸਲਿੰਗ ਦੇ ਕੇ ਸੇਮ ਐਪਲੀਕੇਸ਼ਨ ਨੂੰ ਸਟਾਰਟ ਕਰ ਸਕੀਏ। ਦੇਖੋ, ਜਨਵਰੀ ਇੰਟੇਕ ਵੀ ਅਵੇਲੇਬਲ ਰਹੇਗਾ, ਮੇਨ ਇੰਟੇਕ ਵੀ ਅਵੇਲੇਬਲ ਰਹੇਗਾ। ਵੀਜ਼ਾ ਦੀ ਗੱਲ ਕਰਦੇ ਹੋ, ਇਸ ਟਾਈਮ ਆਫੀਸਰ ਜਿਹੜਾ 15-16 ਦਿਨ ਲੈ ਰਿਹਾ ਜੀ ਵੀਜ਼ਾ ਗ੍ਰਾਂਟ ਕਰਨ ਦੇ ਵਿੱਚ, ਸੋ ਉਮੀਦ ਇਹੀ ਹੈ ਕਿ ਤੁਹਾਨੂੰ ਜਨਵਰੀ ਦੇ ਵਿੱਚ ਭੇਜ ਦਾਂਗੇ ਜੀ। ਓਕੇ ਸਰ, ਥੈਂਕ ਯੂ ਜੀ। ਹਾਂਜੀ ਬਿਲਕੁਲ, ਕਾਫੀ ਸਟੂਡੈਂਟ ਸਾਨੂੰ ਕਾਲ ਕਰ ਰਹੇ ਆ, ਜਿਨ੍ਹਾਂ ਦੀਆਂ ਕਾਲਾਂ ਅਸੀਂ ਨਹੀਂ ਲੈ ਪਾ ਰਹੇ, ਉਹਨਾਂ ਨੂੰ ਬੈਕ ਕਾਲ ਹੈ ਜਿਹੜੀ ਕੱਲ ਮਾਰਨਿੰਗ ਦੇ ਵਿੱਚ ਓਮ ਗਲੋਬਲ ਵੱਲੋਂ ਕੀਤੀ ਜਾਊਗੀ। ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਤੁਸੀਂ ਕੈਨੇਡਾ ਪਹੁੰਚ ਸਕਦੇ ਹੋ। ਖਾਸ ਤੌਰ ਤੇ ਦੇਖੋ, ਕੰਪਨੀ ਨੂੰ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ, ਜਿਹੜੇ ਪੈਸੇ ਆ ਸਟੂਡੈਂਟ ਦੀ ਜੇਬ ਤੋਂ ਜਾਣੇ ਆ, ਪਰ ਫਿਰ ਵੀ ਇੱਕ ਸਟੂਡੈਂਟ ਦਾ ਹਿੱਤ ਨੂੰ ਦੇਖਦੇ ਹੋਏ ਓਮ ਗਲੋਬਲ ਵੱਲੋਂ ਇਹ ਜਿਹੜਾ ਇਨੀਸ਼ੀਏਟਿਵ ਲਿਆ ਹੋਇਆ ਵੀ ਸੰਡੇ ਇੱਕ ਤਾਂ ਆਫਿਸ ਓਪਨ ਹੈ, ਔਰ ਨਾਲ ਦੀ ਨਾਲ ਅਗਲੇ 20 ਦਿਨਾਂ ਦੇ ਵਿੱਚ, ਮਤਲਬ ਜੇ ਤੁਸੀਂ ਪਹਿਲਾਂ ਪਹਿਲਾਂ ਅਪਲਾਈ ਕਰ ਲੈਂਦੇ ਹੋ ਤਾਂ ਤੁਹਾਡਾ ਤਕਰੀਬਨ 6-7 ਲੱਖ ਰੁਪਇਆ ਜਿਹੜਾ GIC ਡਬਲ ਹੋਇਆ, ਤਾਂ ਉਹ ਤੁਸੀਂ ਆਪਣਾ ਬਚਾ ਸਕਦੇ ਹੋ। ਬੇਸ਼ੱਕ GIC ਤੁਹਾਡੇ ਅਕਾਊਂਟ 'ਚ ਹੀ ਰਹਿਣਾ, ਤੁਸੀਂ ਪੋਜ਼ਿਟਿਵ ਵੀ ਸੋਚ ਸਕਦੇ ਇਹਨੂੰ। ਨੈਕਸਟ 2024 ਦੇ ਵਿੱਚ ਜੇ ਤੁਸੀਂ ਪੋਜ਼ਿਟਿਵ ਇਸਦਾ ਰਿਜ਼ਲਟ, ਤਾਂ ਉਹ ਇਹ ਹੈ ਕਿ ਚਲੋ ਅਕਾਊਂਟ ਤੁਹਾਡੇ 'ਚ ਪੈਸੇ ਹੈਗੇ ਆ, ਤੁਸੀਂ ਉਹਨੂੰ ਵਾਪਸ ਭੇਜ ਸਕਦੇ ਹੋ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਯੂਜ਼ ਜਿਹੜਾ ਕਰ ਸਕਦੇ ਹੋ, ਪਰ ਇੱਕ ਵਾਰੀ ਜਿਹੜੇ ਆ ਤੁਹਾਨੂੰ ਮੈਪ ਪੂਰੀ ਦੇਣੀ ਪਊਗੀ। ਤੇ ਨਾਲ ਦੀ ਨਾਲ ਭਾਜੀ, ਹੋਰ ਕਿਹੜੀਆਂ ਕਿਹੜੀਆਂ ਕੰਟਰੀਆਂ ਦੇ ਲਈ ਸਟੂਡੈਂਟ ਇਸ ਟਾਈਮ ਜਾ ਸਕਦਾ ਹੈ? ਕੋਈ ਜਿਵੇਂ USA ਦੀ ਗੱਲ ਕਰਦੇ ਆ, ਕੀ ਸਿਨੈਰੀਓ ਚੱਲ ਰਿਹਾ USA ਦਾ?
ਯੂਐਸ ਦਾ ਸਿਨੈਰੀਓ ਅੱਛਾ ਜੀ, ਇਸ ਟਾਈਮ ਵੀਜ਼ਾਸ ਕਾਫੀ ਦੇਖਣ ਨੂੰ ਮਿਲ ਰਹੇ ਆ। ਸੋ ਰੀਸੈਂਟਲੀ ਕੱਲ 5 ਵੀਜ਼ੇ ਆਏ ਸਾਡੇ, ਸੋ ਇਹਦੇ ਵਿੱਚ ਐਸੇ ਸਟੂਡੈਂਟ ਵੀ ਸੀਗੇ ਜਿਹੜੇ ਸੀਗੇ ਜਿਹੜੇ ਸੋ ਅੱਛਾ ਮੀਨ ਕੈਨੇਡਾ ਦੀ ਗੱਲ ਕਰਦੇ ਆ। ਸੋ ਪੰਜਾਬੀਆਂ ਦੀ ਕਿਤੇ ਨਾ ਕਿਤੇ ਪਹਿਲੀ ਪਸੰਦ ਕੈਨੇਡਾ ਰਹਿੰਦੀ ਹੈ। ਸੋ ਅੱਜ ਕੈਨੇਡਾ ਦੋ ਹੱਥ ਅੱਗੇ ਕਰਕੇ ਵੀਜ਼ਾ ਦੇ ਰਿਹਾ। ਸੋ ਮੈਂ ਨਹੀਂ ਚਾਹੁੰਦਾ ਕੋਈ ਵੀ ਬੱਚਾ ਆਪਦਾ ਟਾਈਮ ਵੇਸਟ ਕਰੇ, ਆਪਦੀ ਐਪਲੀਕੇਸ਼ਨ ਨੂੰ ਖਰਾਬ ਕਰੇ। ਜਿੱਦਾਂ ਕਿ ਆਸਟ੍ਰੇਲੀਆ ਇਸ ਟਾਈਮ ਜੀਟੀ ਕਲੀਅਰ ਨਹੀਂ ਹੋ ਰਹੀ ਬੱਚੇ ਦੀ, 6-6-8-8 ਮਹੀਨੇ ਹੋ ਗਏ ਜੀਟੀ ਫਸਾ ਕੇ ਬੈਠੇ। ਸੋ ਉਹ ਬੱਚਾ ਅੱਜ ਅਗਰ ਸਵਿਚ ਕਰਦਾ ਕੈਨੇਡਾ ਦੇ ਵਿੱਚ, ਕੈਨੇਡਾ ਦਾ ਵੀਜ਼ਾ ਹਾਸਲ ਕਰਕੇ ਉਸ ਤੋਂ ਬਾਅਦ ਆਫਟਰ 1 ਸਮੈਸਟਰ ਜਿਹੜਾ ਆਸਟ੍ਰੇਲੀਆ ਵੀ ਜਾ ਸਕਦਾ। ਸੋ ਗੁਜ਼ਾਰਿਸ਼ ਇਹੀ ਰਹੀ ਕਿ ਸਾਰੇ ਬੱਚਿਆਂ ਨੂੰ ਕਿ ਆਪਦਾ ਟਾਈਮ ਨਾ ਵੇਸਟ ਕਰੋ, ਕੈਨੇਡਾ ਦਾ ਵੀਜ਼ਾ ਅਪਲਾਈ ਕਰਕੇ ਕੈਨੇਡਾ ਦੇ ਹਾਸਲ ਵੀਜ਼ਾ ਕਰਕੇ ਤੇ ਕੈਨੇਡਾ ਦੇ ਵਿੱਚ ਟਾਈਮ ਸਿਰ ਪਹੁੰਚੋ। ਭਾਜੀ ਜਿਵੇਂ ਆਪਾਂ ਹੁਣੇ ਗੱਲ ਕੀਤੀ ਹੈ ਵੀ ਇੱਕ ਤਾਂ ਕੈਨੇਡਾ ਨੇ ਜਿੱਦਾਂ ਜਿਹੜਾ ਇਹ ਕੀਤਾ ਚੇਂਜਿੰਗ ਕੀਤੀ ਹੈ ਵੀ GST ਡਬਲ ਹੋ ਰਿਹਾ, ਕੀ ਤੁਹਾਨੂੰ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ, ਜਿਵੇਂ ਇਸ ਟਾਈਮ ਬਹੁਤ ਅੱਛਾ ਟਾਈਮ ਹੈਗਾ ਜਿਹਨਾਂ ਨੇ ਕੈਨੇਡਾ ਸਟੱਡੀ ਵੀਜ਼ੇ ਤੇ ਜਾਣਾ, ਕਾਫੀ ਵੀਜ਼ੇ ਆ ਰਹੇ ਆ, ਸਕਸੈਸ ਰੇਟ ਬਹੁਤ ਵਧੀਆ ਹੋਇਆ, ਆਉਣ ਵਾਲੇ ਟਾਈਮ ਦੇ ਵਿੱਚ ਕੋਈ ਸਖਤੀ ਦੇਖਣ ਨੂੰ ਮਿਲ ਸਕਦੀ ਹੈ ਜੇ ਸਤੰਬਰ ਜਾਂ ਮਈ ਇਨਟੇਕ ਦੀ ਗੱਲ? ਦੇਖੋ ਹਜੇ ਤਾਂ ਕੋਈ ਖਾਸ ਸਖਤੀ ਇਹਦੇ ਵਿੱਚ ਨਹੀਂ ਮਿਲੇਗੀ। ਸੋ ਦੂਜੀ ਚੀਜ਼ ਇਹਦੇ ਵਿੱਚ ਕਲੈਰਿਟੀ ਥੋੜੀ ਜਿਹੀ ਮਿਲ ਜਾਏਗੀ ਕਿ ਜਿਹੜਾ ਬੱਚਾ ਵਾਕੇ ਹੀ ਜੈਨੂਨ ਹੈ। ਸੋ ਇੱਕ ਸਾਲ ਦੀ ਫੀਸ ਵੀ ਦੇ ਰਿਹਾ, GIC ਵੀ ਆਲਮੋਸਟ ਡਬਲ ਦੇ ਰਿਹਾ, ਸੋ ਉਹੀ ਬੱਚਾ ਇਹਦੇ ਵਿੱਚ ਵਿਜ਼ਿਟ ਕਰੂਗਾ, ਉਹੀ ਬੱਚਾ ਇੱਥੇ ਜਾ ਕੇ ਪੜੂਗਾ। ਸੋ ਕਾਫੀ ਸਾਰੇ ਸਟੂਡੈਂਟ ਐਸੇ ਵੀ ਸੀਗੇ ਜਿਹੜੇ ਜੈਨੂਨ ਨਹੀਂ ਹੈਗੇ, ਸਿਰਫ GIC ਦਿੰਦੇ ਆ, ਫੀਸ ਜਾਂਦੇ, ਵੀਜ਼ਾ ਹਾਸਲ ਕਰਨਾ ਚਾਹੁੰਦੇ ਸੀਗੇ, ਉੱਥੇ ਕਿਤੇ ਨਾ ਕਿਤੇ ਰੋਕ ਲੱਗੇਗੀ। ਬਾਕੀ ਵੀਜ਼ਾ ਦੀ ਅਗਰ ਆਪਾਂ ਗੱਲ ਕਰਦੇ ਹਾਂ, ਜੋ ਇਹਨਾਂ ਦੇ ਟੀਚਾ ਇਹਨਾਂ ਨੇ ਮਿਥਿਆ ਸੀਗਾ ਕਿ 9 ਲੱਖ ਐਪਲੀਕੇਸ਼ਨ ਗ੍ਰਾਂਟ ਕਰਨ ਦਾ, ਹਜੇ ਤਾਂ ਆਲਮੋਸਟ 2.25 ਲੱਖ ਐਪਲੀਕੇਸ਼ਨ ਹੋਈ ਹੈ, ਤਕਰੀਬਨ 7 ਲੱਖ ਵੀਜ਼ਾ ਹਜੇ ਵੀ ਦੇਣਾ। ਤੋ ਆਉਣ ਵਾਲਾ ਪੂਰਾ ਜਿਹੜਾ 2024 ਹੈ ਵੀਜ਼ਿਆਂ ਦੇ ਨਾਲ ਹੀ ਭਰਿਆ ਰਹੂਗਾ। ਸੋ ਕੈਨੇਡਾ ਦੇ ਵਿੱਚ ਦਿੱਕਤ ਕੋਈ ਨਹੀਂ ਹੈ, ਪਰੇਸ਼ਾਨੀ ਕੋਈ ਨਹੀਂ ਆਊਗੀ, ਵੀਜ਼ਾ ਦੇਖਣ ਨੂੰ ਮਿਲਣਗੇ ਜੀ। ਜਿਵੇਂ ਰਿੱਕੀ ਸਰ ਹੁਣ ਤੁਸੀਂ ਦੱਸਿਆ ਕਿ ਪਰੇਸ਼ਾਨੀ ਕੋਈ ਨਹੀਂ ਹੈ, ਕੈਨੇਡਾ ਚ ਬਹੁਤ ਵਧੀਆ ਵੀਜ਼ੇ ਆਉਣਗੇ ਵੀ, ਸਟੂਡੈਂਟ ਜਾਣਗੇ ਵੀ, ਜਾਂਦੇ ਵੀ ਹੁਣ ਤੱਕ ਬਹੁਤ ਟਾਈਮ, ਹਮੇਸ਼ਾ ਹੀ ਜੇ ਆਪਾਂ ਗੱਲ ਕਰੀਏ ਪੰਜਾਬੀਆਂ ਦੀ ਫੇਵਰੇਟ ਡੈਸਟੀਨੇਸ਼ਨ ਹੈ ਜਿਹੜੀ ਕੈਨੇਡਾ ਰਹੀ ਹੈ ਸ਼ੁਰੂ ਤੋਂ, ਜਿਵੇਂ ਆਪਾਂ ਵਿਦੇਸ਼ ਜਾਣ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਦਿਮਾਗ 'ਚ ਕੈਨੇਡਾ ਹੀ ਆਉਂਦਾ ਪਹਿਲਾਂ, ਜਾਂ ਅਮਰੀਕਾ ਜਾਂ ਵੱਧ ਤੋਂ ਵੱਧ, ਉਸ ਤੋਂ ਬਾਅਦ ਫਿਰ UK ਆ ਜਾਂਦਾ। ਪਰ ਜੇ ਆਪਾਂ ਦੇਖੀਏ ਕਈ ਵਾਰੀ ਆਪਾਂ ਨਾ ਇਸ ਤਰ੍ਹਾਂ ਦੀਆਂ ਨਿਊਜ਼ ਨੈਗੇਟਿਵਿਟੀ ਬਹੁਤ ਜ਼ਿਆਦਾ ਹੈ ਕੈਨੇਡਾ ਦੇ ਲਈ, ਕੈਨੇਡਾ ਤੋਂ ਕੁਛ ਆਏ ਹੋਏ ਲੋਕ, ਕੁਛ ਉੱਥੇ ਰਹਿ ਰਹੇ ਲੋਕ, ਇਸ ਤਰ੍ਹਾਂ ਦੀਆਂ ਜਿਹੜੀਆਂ ਆਪਾਂ ਵੀਡੀਓ ਅਕਸਰ ਹੀ ਦੇਖਦੇ ਹਾਂ ਵੀ ਉੱਥੇ ਕੁਛ ਨਹੀਂ ਹੈਗਾ, ਉੱਥੇ ਬੁਰਾ ਹਾਲ ਹੈ, ਉੱਥੇ ਸਟੂਡੈਂਟ ਜਾਂਦਾ ਉਸਨੂੰ ਰਹਿਣ ਨੂੰ ਜਗ੍ਹਾ ਨਹੀਂ ਮਿਲਦੀਆਂ, ਜਾਂ ਉਹ ਇੱਕ ਰੂਮ ਦੇ ਵਿੱਚ 15-15 ਬੱਚੇ ਰਹਿ ਰਹੇ ਹੈ, ਕੰਮ ਨਹੀਂ ਹੈਗਾ। ਤਾਂ ਐਕਚੁਅਲ ਪੋਜੀਸ਼ਨ ਤੁਹਾਨੂੰ ਕੀ ਲੱਗਦਾ, ਤੁਹਾਡੀ ਗੱਲ ਹੁੰਦੀ ਰਹਿੰਦੀ ਹੈ ਸਟੂਡੈਂਟਸ ਦੇ ਨਾਲ, ਐਕਚੁਅਲ ਕਿਸ ਤਰ੍ਹਾਂ ਦੇ ਹਾਲਾਤ ਤੁਹਾਨੂੰ ਲੱਗਦਾ ਹੈ ਉੱਥੇ ਹੈਗੇ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੇ ਹੈ? ਤੋ ਬਲਵਿੰਦਰ ਭਾਜੀ ਦੇਖੋ, ਪਹਿਲੀ ਚੀਜ਼ ਇਹ ਹੈ ਕਿ ਇੱਕ ਏਰੀਆ ਨੂੰ ਤੁਸੀਂ ਓਵਰਕ੍ਰਾਊਡ ਕਰਨਾ। ਸੋ ਕੈਨੇਡਾ ਦੀ ਜਦੋਂ ਗੱਲ ਆਉਂਦੀ ਹੈ, ਬੱਚੇ ਦਿਮਾਗ 'ਚ ਆ ਜਾਂਦਾ ਟੋਰੋਂਟੋ। ਸੋ ਇੱਕੋ ਏਰੀਆ ਨੂੰ ਭਰੀ ਜਾਓਗੇ ਜਿੱਥੇ ਕਪੈਸਿਟੀ 1000 ਬੰਦੇ ਦੀ ਹੈਗੀ, ਸਰ 50,000 ਬੰਦਾ ਵਾੜੋਗੇ ਹਾਲ ਤਾਂ ਇਹੀ ਹੋਣਗੇ। ਦੂਜੇ ਪਾਸੇ ਕੋਈ ਐਸੇ ਲੋਕ ਵੀ ਸੀਗੇ, ਲੋਕ ਕੈਨੇਡਾ ਗਏ ਆ, ਮੈਂ ਹਜੇ ਤੱਕ ਕੋਈ ਐਸਾ ਬੰਦਾ ਨਹੀਂ ਦੇਖਿਆ ਕਿ ਜਿਹੜਾ ਵਾਪਸ ਆ ਗਿਆ ਹੋਵੇ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਨੈਗੇਟਿਵ ਬੰਦੇ ਸੁਣੀ, ਬਟ ਪੋਜ਼ਿਟਿਵ ਬੰਦੇ ਤੇ ਕਿਸੇ ਨੇ ਵੀ ਨਹੀਂ ਸੁਣੀ। ਫਰਕ ਕੀ ਪਿਆ ਕਿ ਜਿਹੜੇ ਬੱਚੇ ਸਰਕਾਰੀ ਕਾਲਜਾਂ ਦੇ ਵਿੱਚ ਗਏ, 5-5 ਦਿਨ ਕਾਲਜ ਨੇ ਪੜ੍ਹਾਈ ਕਰਾਈ ਹੈ, ਵੀਕਐਂਡ ਦੇ ਉੱਤੇ ਖਰਚੇ ਉਹਨਾਂ ਦੇ ਪੂਰੇ ਨਹੀਂ ਹੋਏ, ਹੁਣ 2 ਦਿਨ ਜਿੰਨੇ ਕੰਮ ਕਰਨਾ ਉਹਨੂੰ ਜੋਬ ਵੀ ਘੱਟ ਮਿਲੇਗੀ। ਸੋ ਇੱਥੇ ਕਿਤੇ ਨਾ ਕਿਤੇ ਡਿਫਰੈਂਸ ਆਇਆ। ਇਸ ਤੋਂ ਇਲਾਵਾ ਜਿਹੜੇ ਪ੍ਰਾਈਵੇਟ ਕਾਲਜ ਵਾਲੇ ਬੱਚੇ ਆ, ਜਿਹੜੇ 4-5 ਦਿਨ ਕੰਮ ਕਰ ਰਹੇ ਆ, ਵਧੀਆ ਕਮਾਈ ਕਰ ਰਹੇ ਆ, ਬੱਚੇ ਸੈਟਲ ਨੇ, ਉਹ ਬੱਚਿਆਂ ਨੂੰ ਵੀ ਕਿਤੇ ਨਾ ਕਿਤੇ ਇੰਪੈਕਟ ਪਿਆ। ਕਹਿੰਦੇ ਨਾ ਕਿ ਆਟੇ ਦੇ ਨਾਲ ਘੁਣ ਜ਼ਰੂਰ ਪਿਸਦਾ, ਤੇ ਉਹ ਬੱਚਾ ਕਿਤੇ ਨਾ ਕਿਤੇ ਪਿਸਿਆ। ਸੋ ਮੈਨੂੰ ਨਹੀਂ ਲੱਗਦਾ ਇਸ ਚੀਜ਼ ਉੱਤੇ 2-4 ਬੱਚਿਆਂ ਦੀ ਇਹ ਵੀਡੀਓ ਦੇ ਉੱਪਰ ਆਪਾਂ ਪੂਰੇ ਕੈਨੇਡਾ ਨੂੰ ਕਹਾਂਗੇ ਕਿ ਪ੍ਰੋਬਲਮ ਹੈ ਕੈਨੇਡਾ ਦੇ ਵਿੱਚ ਇਹ ਕੰਮ। ਬਹੁਤ ਸਾਰੇ ਕੰਮ ਨੇ ਉੱਥੇ, ਈਵਨ ਜਦੋਂ ਤੁਸੀਂ ਵਿਜ਼ਿਟ ਵੀ ਕਰਦੇ ਹੋ, ਸੋ ਜਿਹੜਾ ਵੀ ਬੱਚਾ ਉੱਥੇ ਜਾਊਗਾ, ਉੱਥੇ ਬੋਰਡ ਲਾਏ ਉਹਨਾਂ ਨੇ, ਉਹਨਾਂ ਨੂੰ ਲੋੜ ਹੈ ਸਕਿੱਲਡ ਲੋਕਾਂ ਦੀ। ਹੁਣ ਜਿਹੜਾ ਬੱਚਾ +2 ਕਰ ਚੁੱਕਾ ਹੈ, ਕਦੀ ਡੱਕਾ ਨਹੀਂ ਤੋੜਿਆ, ਕੋਈ ਉਹਨੂੰ ਕੰਮ ਨਹੀਂ ਆਉਂਦਾ, ਸੋ ਉੱਥੇ ਸਕਿੱਲਡ ਲੋਕਾਂ ਦੀ ਲੋੜ ਹੈ। ਜਦੋਂ ਕੋਈ ਕੰਮ ਕਹਿੰਦੇ ਬੱਚੇ ਨੂੰ ਪਤਾ ਹੀ ਨਹੀਂ ਹੈਗਾ। ਐਗਜ਼ਾਮਪਲ, ਕੋਈ ਇਲੈਕਟ੍ਰੀਸ਼ੀਅਨ ਦੇ ਵਿੱਚ ਅਗਰ ਕਿਸੇ ਨੂੰ ਕੋਈ ਐਕਸਪੀਰੀਅੰਸ ਹੈਗਾ, ਇਲੈਕਟ੍ਰੀਕਲ ਕੋਈ ਪੜ੍ਹਿਆ ਹੈ, ਉਹਦਾ ਕੋਈ ਪ੍ਰੈਕਟੀਕਲ ਐਕਸਪੀਰੀਅੰਸ ਹੈਗਾ ਥੋੜ੍ਹਾ ਬਹੁਤਾ, ਜਿਹਨੂੰ ਕਹੀਏ ਕਿ ਟੂਲ ਫੜਨੇ ਜਿਹਨੂੰ ਆਉਂਦੇ ਆ, ਉਹ ਕੰਮ ਕਰ ਸਕਦਾ, ਹੈਲਪ ਕਰ ਸਕਦਾ। ਬਟ ਜਿਹੜੇ ਪਤਾ ਹੀ ਨਹੀਂ ਹੈਗਾ ਇਸ ਟੂਲ ਦਾ ਨਾਮ ਕੀ ਹੈਗਾ, ਉਹ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਸਰਵਾਈਵ ਬੱਚਾ ਔਖਾ ਕਰਦਾ। ਸੋ ਜਦੋਂ ਬੱਚੇ ਦੀ 12th ਹੋ ਜਾਂਦੀ ਹੈ, ਕੋਈ ਨਾ ਕੋਈ ਕੰਮ ਆਪਦੇ ਜੋ ਕਿੱਤੇ ਦੇ ਵਿੱਚ ਤੁਸੀਂ ਜੋ ਪੜ੍ਹਾਈ ਕੀਤੀ ਉਹ ਕਿੱਤੇ ਦੇ ਵਿੱਚ ਜ਼ਰੂਰ ਕਰੋ, ਸੋ ਦੈਟ ਕਿ ਤੁਹਾਨੂੰ ਬੇਸਿਕ ਨੌਲੇਜ ਹੋ ਸਕੇ, ਉਹਦੇ ਨਾਲ ਨਾਲ ਤੁਹਾਨੂੰ ਕੰਮ ਮਿਲਣ ਦੇ ਵਿੱਚ ਚਾਂਸਿਸ ਜਿਹੜੇ ਬਹੁਤ ਹੱਦ ਤੱਕ ਵੱਧ ਜਾਂਦੇ ਆ। ਬਿਲਕੁਲ, ਜਿਹੜੇ ਵੀ ਸਟੂਡੈਂਟ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਆ, ਉਹਨਾਂ ਦੇ ਲਈ ਬਹੁਤ ਹੀ ਵਧੀਆ ਵਧੀਆ ਆਪਸ਼ਨਸ ਹੈਗੀ ਆ। ਇੱਕ ਤਾਂ ਤੁਸੀਂ ਆਪਣੇ ਮਾਤਾ ਪਿਤਾ ਦਾ ਜਿਹੜਾ ਪੈਸਾ ਉਹ ਵੀ ਬਚਾ ਸਕਦੇ ਹੋ, ਨਾਲ ਦੀ ਨਾਲ ਜਿਹੜਾ ਹੈਗਾ
ਜਲਦੀ ਜਿਹੜਾ ਜਨਵਰੀ ਇਨਟੇਕ ਦੇ ਵਿੱਚ ਹੀ ਤੁਸੀਂ ਕੈਨੇਡਾ ਪਹੁੰਚ ਸਕਦੇ ਹੋ। ਓਮ ਗਲੋਬਲ ਵੱਲੋਂ ਤੁਹਾਨੂੰ ਕਿਸੇ ਵੀ ਨੇੜਲੀ ਬ੍ਰਾਂਚ ਜਾਂ ਸਕਰੀਨ ਤੇ ਆ ਰਹੇ ਨੰਬਰ ਦੇ ਉੱਤੇ ਕਾਲ ਕਰਕੇ ਜਿਹੜੀ ਹੈ ਪੂਰੀ ਜਾਣਕਾਰੀ ਲੈ ਸਕਦੇ ਹੋ, ਆਪਣੇ ਡਾਕੂਮੈਂਟਸ ਭੇਜ ਸਕਦੇ ਹੋ, ਤੁਹਾਡੇ ਪੀਟੀ ਕੀਤਾ ਹੋਇਆ, ਤੁਹਾਡੇ ਓਵਰਆਲ 60 ਸਕੋਰ ਹੈਗੇ ਆ, ਤੁਸੀਂ ਆਈਲੈਟਸ ਕੀਤਾ ਹੋਇਆ ਓਵਰਆਲ 6 ਹੈਗੇ ਆ, ਕਿਸੇ ਇੱਕ ਮੋਡਿਊਲ ਚੋਂ 5.5 ਨੇ, 2 ਚੋਂ 5.5 ਨੇ, ਤਾਂ ਵੀ ਤੁਸੀਂ ਕੈਨੇਡਾ ਸਟੱਡੀ ਵੀਜ਼ੇ ਲਈ ਐਲੀਜੀਬਲ ਹੈਗੇ ਹੋ। ਤੁਹਾਡਾ ਗੈਪ ਪੈ ਚੁੱਕਾ ਹੈ, ਨਾਲ ਦੀ ਨਾਲ ਜਿਹੜੇ ਸਪਾਊਸ ਦੀ ਸਰ ਇੱਕ ਵਾਰੀ ਥੋੜੀ ਕਲੈਰੀਫਿਕੇਸ਼ਨ ਦੁਬਾਰੇ ਵੀ ਦੇ ਦਿਓ ਤੁਸੀਂ ਵੀ ਸਪਾਊਸ ਦੇ ਨਾਲ ਕਿਸ ਤਰ੍ਹਾਂ ਦੀ ਸਪਾਊਸ ਦੀ ਪ੍ਰੋਫਾਈਲ ਦੇਖੀ ਜਾਊਗੀ, ਜਾਂ ਸਪਾਊਸ ਨੂੰ ਨਾਲ ਹੀ ਲਾ ਦੇਣਾ ਚਾਹੀਦਾ, ਜਾਂ ਥੋੜਾ ਰੁਕ ਕੇ ਜਿਹੜਾ ਆਪਣੀ ਫਾਈਲ ਲਾਉਣੀ ਚਾਹੀਦੀ ਹੈ, ਜਾਂ ਇਕੱਠੇ ਹੀ ਟਰੈਵਲ ਇਸ ਟਾਈਮ ਕਰ ਰਹੇ ਆ, ਕਿਸ ਤਰ੍ਹਾਂ ਦਾ ਮਾਹੌਲ ਹੈਗਾ ਸਪਾਊਸ ਨੂੰ ਲੈ ਕੇ ਜਿਹੜੇ ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਆ। ਜੁਲਾਈ 2022 ਦੇ ਵਿੱਚ ਕੈਨੇਡੀਅਨ ਗਵਰਨਮੈਂਟ ਇੱਕ ਆਪਣੀ ਅਪਡੇਟ ਦਿੰਦੀ ਹੈ ਐਮਬੈਸੀ ਸਾਈਟ ਦੇ ਉੱਪਰ, ਜਿਹਦੇ ਵਿੱਚ ਲਿਖਿਆ ਹੈ ਕਿ ਤੁਸੀਂ ਆਪਣੇ ਸਪਾਊਸ ਔਰ ਡਿਪੈਂਡੈਂਟ ਦੇ ਨਾਲ ਕਿਟ ਦੇ ਨਾਲ ਜਾ ਸਕਦੇ ਹੋ। ਉਦੋਂ ਬਲੀਵ ਕਿਸੇ ਨੇ ਸਪਾਊਸ ਵੀਜ਼ਾਸ ਹੁੰਦੇ ਨੇ, ਸੋ ਆਲਮੋਸਟ 200 ਤੋਂ ਵੱਧ ਸਪਾਊਸ ਵੀਜ਼ਾ ਲੈ ਚੁੱਕੇ, ਤੇ ਮਾਣ ਦੇ ਨਾਲ ਕਹਾਂਗੇ ਪੰਜਾਬ ਦੇ ਵਿੱਚ ਓਮ ਗਲੋਬਲ ਐਸੀ ਕੰਪਨੀ ਜਿਹਦੇ ਕੋਲ ਸਪਾਊਸ ਵੀਜ਼ਾ ਕੈਨੇਡਾ ਦੇ ਸਭ ਤੋਂ ਜ਼ਿਆਦਾ ਨੇ। ਐਸੀਆਂ ਪ੍ਰੋਫਾਈਲ ਤੇ ਵੀ ਵੀਜ਼ਾ ਗ੍ਰਾਂਟ ਹੋਇਆ, ਮੇਨ ਐਪਲੀਕੈਂਟ ਪਲੱਸ 2 ਸੀਗਾ, ਉਹਦੇ ਵਿੱਚ ਵੀ ਅਸੀਂ ਵੀਜ਼ੇ ਲਏ ਆ, ਸੋ ਐਸੀਆਂ ਪ੍ਰੋਫਾਈਲ ਵੀ ਸੀਗੀਆਂ ਜਿਹਦੇ ਵਿੱਚ ਸਪਾਊਸ ਨਹੀਂ ਪੜਿਆ, ਉਹਦੇ ਵਿੱਚ ਵੀ ਵੀਜ਼ੇ ਲਏ, ਤੇ ਐਸੀਆਂ ਪ੍ਰੋਫਾਈਲ ਸੀਗੀਆਂ ਕਿ ਸਪਾਊਸ ਬਿਲਕੁਲ ਵਿਹਲਾ ਕੋਈ ਕੰਮ ਨਹੀਂ ਕਰਦਾ, ਉਹ 'ਚ ਵੀ ਅਸੀਂ ਵੀਜ਼ੇ ਲਏ, ਸੋ ਦਿੱਕਤ ਕੋਈ ਨਹੀਂ ਗੀ। ਸਪਾਊਸ ਵੀਜ਼ਾ ਇਕੱਠਾ ਲਾਉਣਾ ਚਾਹੁੰਦੇ ਹੋ, ਮੈਰਿਜ ਚਾਹੀਦੀ ਜੇ ਜੈਨੂਅਨ, ਅਗਰ ਜੈਨੂਅਨ ਮੈਰਿਜ ਹੈ ਕਿ ਬਿਲਕੁਲ ਕਰ ਸਕਦੇ ਹੋ। ਇਸ ਤੋਂ ਇਲਾਵਾ ਅਗਰ ਸਪਾਊਸ ਵਿਦ ਕਿੱਟ ਵੀ ਅਪਲਾਈ ਕਰਨਾ ਚਾਹੁੰਦੇ ਹੋ, ਉਹਦੇ ਵਿੱਚ ਵੀ ਅਸੀਂ ਵੀਜ਼ੇ ਹਾਸਲ ਕਰ ਸਕਦੇ, ਕੋਈ ਦਿੱਕਤ ਨਹੀਂ ਹੈ ਜੀ। ਬਿਲਕੁਲ, ਬਹੁਤ ਵਧੀਆ ਆਪਸ਼ਨਸ, ਬਹੁਤ ਵਧੀਆ ਟਾਈਮ ਇਸ ਤੇ ਹੈਗਾ ਜੇ ਤੁਸੀਂ ਕੈਨੇਡਾ ਸਟੱਡੀ ਵੀਜ਼ੇ ਤੇ ਜਾਣਾ ਚਾਹੁੰਦੇ ਹੋ, ਤਾਂ ਕੱਲ ਐਤਵਾਰ ਨੂੰ ਵੀ ਤੁਸੀਂ ਓਮ ਗਲੋਬਲ ਦੀ ਕਿਸੇ ਵੀ ਨੇੜਲੇ ਬ੍ਰਾਂਚ ਦੇ ਵਿੱਚ ਪਹੁੰਚ ਕੇ ਆਪਣਾ ਆਫਰ ਲੈਟਰ ਅਪਲਾਈ ਕਰ ਸਕਦੇ ਹੋ, ਆਪਣੇ ਡਾਕੂਮੈਂਟ ਲੈ ਕੇ ਪਹੁੰਚੋ। ਟਾਈਮ ਬਹੁਤ ਘੱਟ ਹੈਗਾ, ਆਪਣੇ ਪੈਸੇ ਵੀ ਬਚਾਓ ਔਰ ਆਪਣਾ ਸਮਾਂ ਵੀ ਬਚਾਓ। ਜਲਦੀ ਉੱਥੇ ਜਿਹੜੇ ਜਿਹੜੇ ਸਟੂਡੈਂਟ ਦਾ ਪਲਾਨ ਹੈਗਾ ਜਾਣ ਦਾ ਜਨਵਰੀ ਜਾਂ ਸਤੰਬਰ ਇਨਟੇਕ ਦੇ ਵਿੱਚ, ਤਾਂ ਤੁਸੀਂ ਜੇ ਹੁਣੇ 20-22 ਦਿਨਾਂ ਦੇ ਵਿੱਚ ਜਾਂਦੇ ਹੋ ਤਾਂ ਕਾਫੀ ਪੈਸਾ ਜਿਹੜਾ ਤੁਸੀਂ ਆਪਣਾ ਬਚਾ ਸਕਦੇ ਹੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਜਿਹੜਾ ਪੂਰਾ ਕਰ ਸਕਦੇ ਹੋ। ਕੋਈ ਮੈਸੇਜ ਭਾਜੀ ਆਪ ਤੁਸੀਂ ਦੇਣਾ ਚਾਹੋ ਸਟੂਡੈਂਟ ਨੂੰ ਇਸ ਟਾਈਮ? ਦੇਖੋ ਜੀ, ਲਿਮਿਟਡ ਜਿਹਾ ਟਾਈਮ ਆ, ਜਿਹੜੇ ਸਟੂਡੈਂਟ ਸੋਚਦੇ ਆ ਕਿ ਹਲੇ 25-26-27-28-29-30-31 ਦਸੰਬਰ ਦਾ ਟਾਈਮ ਹੈਗਾ, ਬਿਲਕੁਲ ਨਹੀਂ ਹੈਗਾ, ਕਿਉਂਕਿ ਰਸ਼ ਜ਼ਿਆਦਾ ਹੋਣ ਵਾਲਾ ਹੈ। GIC ਬੱਚੇ ਨੂੰ ਇਹ ਵੀ ਲੱਗਦਾ ਹੈ ਕਿ GIC ਕਰਾ ਲਾਂਗੇ, ਸੋ 25 ਤਰੀਕ ਤੋਂ ਬਾਅਦ ਬੈਂਕਸ ਦੇ ਵਿੱਚ ਕਾਫੀ ਜ਼ਿਆਦਾ ਆਲਮੋਸਟ ਦੇਖਿਆ ਜਾਵੇ ਛੁੱਟੀਆਂ ਹੀ ਹੁੰਦੀਆਂ ਨੇ, ਸੋ ਅੱਜ ਅਗਰ ਬੱਚਾ 20 ਤਰੀਕ ਤੱਕ ਆਪਣਾ ਫੀਸ ਟ੍ਰਾਂਸਫਰ ਕਰਦਾ, ਸੋ 2-3 ਦਿਨ ਲੱਗ ਜਾਂਦੇ ਆ ਜੀ ਰਿਸਿਪਟਾਂ ਦੇ, ਜਦ ਤੱਕ GIC ਰਿਸਿਪਟ ਨਹੀਂ ਨਾ ਆਏਗੀ ਤਦ ਤੱਕ ਸਰ ਫਾਈਲ ਨਹੀਂ ਲੱਗੇਗੀ। 20 ਤਰੀਕ ਤੋਂ ਪਹਿਲੇ ਪਹਿਲੇ ਜਿੰਨੇ ਆਪਦਾ GIC ਜ਼ਰੂਰ ਕਰਾਓ, ਸੋ ਦੈਟ ਕਿ 22-23 ਤਰੀਕ ਤੱਕ ਸਾਨੂੰ ਰਿਸਿਪਟ ਮਿਲ ਜਾਏ ਤੇ ਅਸੀਂ ਫਾਈਲ ਤੁਹਾਡੀ ਐਮਬੈਸੀ ਦੇ ਵਿੱਚ ਲਾ ਸਕੀਏ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਕੋਈ ਜਿਹੜੇ ਸਾਡੇ ਦਰਸ਼ਕ ਸ਼ੋਅ ਦੇਖ ਰਹੇ ਉਹਨਾਂ ਦਾ ਧੰਨਵਾਦ, ਜਿਨ੍ਹਾਂ ਦੀ ਕਾਲ ਅਸੀਂ ਨਹੀਂ ਲੈ ਪਾ ਰਹੇ, ਤੁਹਾਨੂੰ ਬੈਕ ਕਾਲ ਆ ਜਿਹੜੀ ਕੀਤੀ ਜਾਊਗੀ ਓਮ ਗਲੋਬਲ ਵੱਲੋਂ, ਤੁਸੀਂ ਜਾਣਕਾਰੀ ਲੈ ਸਕਦੇ ਹੋ। ਖਾਸ ਤੌਰ ਤੇ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਸਾਡਾ ਅੱਜ ਦਾ ਸ਼ੋਅ ਸੀਗਾ। ਜਿਵੇਂ GIC ਵਧੀਆ ਨੇ, ਨਾਲ ਦੀ ਨਾਲ ਵਰਕ ਰਾਈਟਸ ਵੀ ਵਧੇ ਆ ਤੁਹਾਡੇ, ਤੁਸੀਂ ਕੰਮ ਬਹੁਤ ਓਪਨ ਕਰ ਸਕਦੇ ਹੋ, ਤਕਰੀਬਨ ਹਫ਼ਤੇ 'ਚ 5 ਦਿਨ ਤੁਸੀਂ ਕੰਮ ਕਰ ਸਕਦੇ ਹੋ, ਡਬਲ ਜਿਹੜਾ ਟਾਈਮ ਉਹਨਾਂ ਨੇ ਦੇ ਦਿੱਤਾ ਔਰ ਪੈਸੇ ਦੀ ਜਿਹੜੀ ਇਨਕਮ ਹੈ ਉਹ ਵੀ ਹੋ ਸਕਦਾ ਤੁਹਾਡੀ ਵਧੇ ਇਸ ਦੇ ਨਾਲ, ਤੇ ਨਾਲ ਦੀ ਨਾਲ ਤੁਸੀਂ ਓਮ ਗਲੋਬਲ ਦੀ ਕਿਸੇ ਵੀ ਨੇੜਲੇ ਬ੍ਰਾਂਚ ਜਾਂ ਸਕਰੀਨ ਤੇ ਆ ਰਹੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ। ਰਿੱਕੀ ਸਰ ਨੂੰ ਮਿਲਣਾ ਚਾਹੁੰਦੇ ਹੋ ਤਾਂ ਕੱਲ ਅੰਮ੍ਰਿਤਸਰ ਦੇ ਵਿੱਚ, ਨਹੀਂ ਤਾਂ ਜਲੰਧਰ ਜਾਂ ਅੰਮ੍ਰਿਤਸਰ, ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਵੀ ਕਿੱਥੇ ਮਿਲਣਗੇ, ਕਿਸੇ ਵੀ ਬ੍ਰਾਂਚ ਦੇ ਵਿੱਚ ਜਾ ਕੇ ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ, ਜਾਂ ਓਮ ਗਲੋਬਲ ਦਾ ਪੂਰਾ ਐਕਸਪਰਟ ਟੀਮ ਹੈਗੀ ਆ ਜਿਹੜੀ ਵੱਖ ਵੱਖ ਆਫਿਸਾਂ ਦੇ ਵਿੱਚ ਕੰਮ ਕਰ ਰਹੀ ਹੈ, ਉਹ ਤੁਹਾਨੂੰ ਮਿਲੂਗੀ ਔਰ ਪ੍ਰੋਪਰ ਤਰੀਕੇ ਦੇ ਨਾਲ ਜਾਣਕਾਰੀ ਦਊਗੀ। ਅਸੀਂ ਵੀ ਚਾਹੁੰਦੇ ਹਾਂ ਤੁਹਾਡੇ ਪੈਸੇ ਬਚਣ ਔਰ ਜਨਵਰੀ ਤੋਂ ਪਹਿਲਾਂ ਪਹਿਲਾਂ ਤੁਸੀਂ ਅਪਲਾਈ ਕਰਕੇ ਆਪਣਾ ਜਿਹੜਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰੋ। ਰਿੱਕੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ, ਤੇ ਨਾਲ ਦੀ ਨਾਲ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।